ਨਹੀਂ ਨਾ ਜਿੰਨਾ ਹੈ ਕੋਈ ਪਹਿਲੇ ਟਾਈਮ ਦੇ ਵਿੱਚ ਸਮਾਂ ਹੁੰਦਾ ਸੀ 62 ਕਿਲੋ ਦੇ ਮੈਚ ਹੁੰਦੇ ਸੀਗੇ ਇੱਕ ਇੱਕ ਦੋ ਦੋ ਖਿਡਾਰੀ ਮੈਚ ਜਿੱਤ ਲੈਂਦੇ ਸੀਗੇ 57 ਵੀ ਜਿੱਤ ਲੈਂਦੇ ਸੀ 62 ਵੀ ਜਿੱਤ ਲੈਂਦੇ ਸੀਗੇ ਗੱਲ ਸਮੇਂ ਦੀ ਆ ਸਟੈਮਨੇ ਦੀ ਹੈ ਮੇਰੀ ਵੀਰੋ ਸਮੇਂ ਦੇ ਨਾਲ ਚੇਂਜ ਪਈ ਹੈ ਲਓ ਸਮਾਂ ਆ ਵੀ ਨਹੀਂ ਰਹਿਣਾ ਲਓ ਸਾਹਮਣੇ ਸ਼ੇਰੇ ਨੇ ਕਬੱਡੀ ਪਾ ਦਿੱਤੀ ਹੈ ਹੁਣ ਫੈਸਲਾ ਕੀ ਹੈ ਜੇ ਰਾਹੂ ਵਾਲੀ ਇਹ ਸ਼ੇਰੇ ਦੀ ਖੇਡ ਵਧੀਆ ਲੱਗੀ ਤੇ ਇੱਕ ਤਾੜੀ ਮਾਰ ਦਿਓ ਰਾਹੂ ਵਾਲੀ ਹੈ ਦੁਨੀਆ ਪਿਆਰ ਕਰਦੀ ਹੈ ਕਿਉਂਕਿ ਦੁਨੀਆ ਤੇ ਜਿਹੜਾ ਵੀ ਕੁਝ ਕਰਕੇ ਦਿਖਾਉਂਦਾ ਹੈ ਉਹਨੂੰ ਮਾਣ ਜ਼ਰੂਰ ਦਿੰਦਾ ਸੱਚੇ ਪਾਤਸ਼ਾਹ ਤੇ ਇਹਨਾਂ ਲੋਕਾਂ ਦੇ ਵਿੱਚ ਰੱਬ ਵਸਦਾ ਹੈ ਨਾ ਗੋਲੂ ਨੌਜਨ ਗਗੜੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰ ਤਿੰਨ ਜਾਫੀ ਹੈ ਇੱਕ ਕੰਨੀ ਤੇ ਕਹਿੰਦੇ ਨੌਜਨ ਗਿੱਲ ਹੈ ਤੇ ਦੂਸਰੀ ਕੰਨੀ ਤੇ ਅਣਥਕ ਜੋਧਾ ਕਬੱਡੀ ਦਾ ਹੈ ਬਗੀਚਾ ਹਿੰਦਗੜੀ ਹੈ ਪਰ ਪੁਆਇੰਟ ਗੋਲੂ ਗਗੜੇ ਵਾਲਾ ਆਪਣੀ ਟੀਮ ਦੇ ਵਿੱਚ ਜੋੜਦਾ ਹੋਇਆ ਬੂਟਾ ਬੀਜਣੀ ਵਾਲਾ ਸਾਡਾ ਵੀਰ ਇੱਧਰ ਗੋਰੂ ਗਗੜੇ ਵਾਲੇ ਦੇ ਲਈ 100 ਰੁਪਏ ਦੇ ਮਾਰ ਪਿਆਰ ਪੁੱਛਦਾ ਕਰ ਰਿਹਾ ਹੈ ਨਾ ਵੀ ਬਲਰਾਜ ਦੇ ਜੱਫੇ ਦਾ 500 ਦਿੱਤਾ ਜਾਣਾ ਹੈ ਇੱਧਰ ਕਬੱਡੀ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ ਨਿੰਦੂ ਇੰਦਗੜੀਆ ਵੇਖੋ ਕਬੱਡੀ ਪਾਉਂਦਾ ਹੈ ਤੋਤਾ ਰਾਣੀ ਵਾਲਾ ਪਰ ਕੋਟ ਕਰੋੜੀਏ ਦਾ ਫੈਸਲਾ ਹੈ ਵੀ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਹੈ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਹੈ ਸਾਬਕਾ ਸਰਪੰਚ ਜਿੱਥੇ ਵੀ ਆਵਾਜ਼ ਸੁਣਦੇ ਹੋਣ ਪੁਆਇੰਟ ਸਰਮਾਨ ਵਾਲੇ ਸਟੇਜ ਦੇ ਕੋਲ ਪਹੁੰਚਣ ਸਰਦੀਪ ਸਿੰਘ ਜੀ ਸਾਬਕਾ ਸਰਪੰਚ ਪੁਆਇੰਟ ਬੋਲਦੀ ਹੈ ਪੁਆਇੰਟ ਇਸ ਮੈਚ ਦੇ ਵਿੱਚ ਗਗੜੇ ਦੇ ਪੁਆਇੰਟ ਨੇ 8.5 ਤੇ ਹਿੰਦਗੜ ਦੇ ਪੁਆਇੰਟ ਨੇ 10 ਹਿੰਦਗੜ ਦੀ ਟੀਮ ਜੇਤੂ ਰਹੀ ਹੈ ਤੇ ਜਿੱਤ ਦਾ ਸਿਹਰਾ ਕਹਿੰਦੇ ਸ਼ੇਰੇ ਨੇ ਦਵਾਇਆ ਹੈ ਸਟਾਪ ਲਾਈਨ ਦੇ ਵਿੱਚ ਖੜ ਕੇ ਮੇਰੇ ਵੀਰੋ ਜੱਫਾ ਲਾ ਕੇ ਅਗਲਾ ਮੈਚ ਵੀ ਚੰਦ ਪ੍ਰਾਣਾ ਤੇ ਚੰਦ ਨਵਾਂ ਹੈ ਸਿੰਘਾਂ ਵਾਲਾ ਹੈ ਬੜੇ ਮਸ਼ਹੂਰ ਪਿੰਡ ਨੇ ਇਸ ਇਲਾਕੇ ਦੇ ਮੈਚ ਜਲਦੀ ਨਾਲ ਸ਼ੁਰੂ ਕਰਵਾ ਦਿਓ ਜੀ 8.5-9 ਚੰਦ ਨਵੇਂ ਦੀ ਟੀਮ ਜਿਹੜੀ ਮਿੱਠੂ ਬਰਾੜ ਹੋਣਾ ਦੀ ਸਪੌਂਸਰ ਕੀਤੀ ਟੀਮ ਹੈ ਉਚੇਚੇ ਤੌਰ ਤੇ ਇੰਡੋ ਕੈਨੇਡੀਅਨ ਕਬੱਡੀ ਕਲੱਬ ਵਿਨੀਪੈਗ ਵਾਲੇ ਸਾਡੇ ਵੀਰ ਮਿੱਠੂ ਬਰਾੜ ਜੀ ਪੁੱਜੇ ਹੋਏ ਹੈ ਤੇ ਨਾਲ ਉਧਰ ਸਾਡੇ ਵੀਰ ਜਿੰਦੇ ਹੁਣੇ ਨੰਬਰਦਾਰ ਤੇ ਪਿੰਦੇ ਹੁਣਾਂ ਦਾ ਨਾਂ ਹੈ ਇਧਰਲੇ ਪਾਸੇ ਜਿੰਨੇ ਜੱਫੇ ਚੰਦ ਨਵਿਆਂ ਦੀ ਟੀਮ ਦੇ ਜਾਫੀ ਲਾਉਣਗੇ ਮਿੱਠੂ ਬਰਾੜ ਦੇ ਵੱਲੋਂ 500 ਰੁਪਏ ਦੇ ਮਾਰ ਪਿਆਰ ਦਿੱਤੇ ਜਾਣਗੇ ਮਿੱਠੂ ਬਰਾੜ ਦੇ ਵੱਲੋਂ ਕਾਲਾ ਸ਼ਰਮਾ ਜੀ ਬੂਟੇ ਉਮਰੀਆਣੇ ਵਾਲੇ ਸਾਡੇ ਵੀਰ ਨਾਲ ਅੱਗੇ ਸੰਪਰਕ ਕਰੇ ਕਾਲਾ ਸ਼ਰਮਾ ਸਾਡਾ ਵੀਰ ਜਿੱਥੇ ਵੀ ਆਵਾਜ਼ ਸੁਣਦਾ ਹੈ ਲਓ ਚੰਦ ਨਵਾਂ ਤੇ ਜਨੇਤਪੁਰਾ ਉਸ ਤੋਂ ਬਾਅਦ ਘੱਲ ਕਲਾਂ ਤੇ ਘੋਲੀਆ ਬਲੇਰ ਖਾਨਪੁਰ ਤੇ ਥਰਾਜ ਦੀਆਂ ਟੀਮਾਂ ਪੁੱਜਣਗੀਆਂ ਬਲੇਰ ਖਾਨਪੁਰ ਵਰਸੀ ਥਰਾਜ ਦੀਆਂ ਟੀਮਾਂ ਪੁੱਜਣਗੀਆਂ ਹੁਣ ਮੈਚ ਚੰਦ ਨਵਾਂ ਤੇ ਜਨੇਤਪੁਰੇ ਦਾ ਚੰਦ ਨਵੇਂ ਦੀ ਟੀਮ ਪਿੰਡ ਵਾਲੇ ਪਾਸੇ ਹੈ ਤੇ ਜਨੇਤਪੁਰੇ ਦੀ ਟੀਮ ਗੁਰਦੁਆਰਾ ਸਾਹਿਬ ਵਾਲੀ ਸਾਈਡ ਹੈ 8.5-9 ਇੱਧਰ ਟੀਮ ਚੰਦ ਨਵੇਂ ਦੀ ਮੇਰੇ ਵੀਰੋ ਪਿੰਡ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਕਹਿੰਦੇ ਜਨੇਤਪੁਰਾ ਜੋਨੀ ਉਹਨਾਂ ਦੇ ਰਮਨੇ ਉਹਨਾਂ ਦੇ ਜਗਮੋਹਨ ਸਰਪੰਚ ਉਹਨਾਂ ਦੇ ਸੱਦੇ ਤੇ ਸਾਰੇ ਹੀ ਖਿਡਾਰੀ ਆਏ ਹੈ ਪਰ ਜਨੇਤਪੁਰੇ ਦੇ ਵਿੱਚ ਕਹਿੰਦੇ ਵੱਡਾ ਪਿਆਰ ਹੈ ਜਗਮੋਹਨ ਸਰਪੰਚ ਉਹਨਾਂ ਦਾ ਜੋਨੀ ਉਹਨਾਂ ਦਾ ਰਮਨੇ ਉਹਨਾਂ ਦਾ ਇਹ ਟੀਮ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਅੱਜ ਪੁੱਜੀ ਹੋਈ ਹੈ ਦੋਦਰ ਪਿੰਡ ਹੈ ਕਹਿੰਦੇ ਇਹ ਹੈ ਗੁੱਗੂ ਦੋਦਰ ਦੀ ਧਰਤੀ ਦਾ ਮੇਰੇ ਵੀਰੋ ਉਧਰ ਮਲਿਕ ਦੇ ਹਿੰਦੇ ਨੇ ਕਹਿੰਦੇ 4 ਮੋਟਰਸਾਈਕਲ ਜਿੱਤੇ ਹੈ ਇਸ ਸੀਜ਼ਨ ਦੇ ਵਿੱਚ ਭਗਵਾਨ ਸਿੰਘ ਰਾਮੂ ਵਾਲੀਏ ਦਾ ਚੰਡਿਆ ਹੋਇਆ ਹੈ ਮਲਿਕ ਪਿੰਡ ਦਾ ਹਿੰਦਾ ਤੇ ਗੁੱਗੂ ਦੋਦਰ ਦਾ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਿ ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਡੋਲੇ ਸੋਹਣਿਆ ਜੇਰਾ ਜਾਂ ਕਹਿਦੇ ਸਾਹਿਬਾਂ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ ਜਾਂ ਕਹਿਦੇ ਸਾਹਿਬਾਂ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ ਕਿਤੇ ਆਖਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਬਾਲਿਓ ਤੇਰੇ ਟੱਲੇ ਤੋਂ ਸੂਰਤ ਦੀਂਦੀ ਹੈ ਹੀਰ ਦੀ ਆਹ ਦੇਖ ਗੋਰਖਾ ਉੱਡਦੀ ਹੈ ਫੁਲਕਾਰੀ ਇਹ ਹੈ ਕੁਲਦੀਪ ਮਾਣਕ ਦੇ ਪਿੰਡ ਦਾ ਹੈ ਕੈਨੇਡਾ ਕਬੱਡੀ ਕੱਪ ਦਾ ਕਹਿੰਦੇ ਮੁੱਲਾਪੁਰ ਦੇ ਕੱਪ ਦਾ ਮੋਟਰਸਾਈਕਲ ਦਾ ਜੇਤੂ ਗਗਨ ਜਲਾਲ ਪਿੰਡ ਵਾਲਾ ਹੈ ਉਧਰ ਸੰਦੀਪ ਦੋਦੇ ਵਾਲੇ ਦਾ ਹੈ ਵਿਸ਼ੇਸ਼ ਤੌਰ ਤੇ ਕਹਿੰਦੇ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਪ੍ਰਸਿੱਧ ਕਬੱਡੀ ਖਿਡਾਰੀ ਦਾ ਲੈ ਵੀ ਦਿਲਬਾਗ ਕਰ ਗੱਲ ਨੌਜਨ ਜੱਸੀ ਨੇ ਕਬੱਡੀ ਖੇਡ ਮੈਦਾਨ ਦੇ ਵਿੱਚ ਪਾ ਦਿੱਤੀ ਹੈ ਇਧਰਲੇ ਪਾਸੇ ਹੈ ਜੱਸੀ ਮੇਰੇ ਪੰਜਾਬੀ ਵੀਰੋ ਚੰਦਨ ਨਵਿਆਂ ਵਾਲਾ ਤੇ ਉਧਰਲੇ ਪਾਸੇ ਨੌਜਵਾਨ ਯਾਫੀ ਕਹਿੰਦੇ ਦੁਨੀਆ ਦਾ ਮੰਨਿਆ ਪਰਮੰਨਿਆ ਯਾਫੀ ਹੈ ਇਹ ਹੈ ਅਮਰੂ ਜਨੇਤਪੁਰੇ ਵਾਲਾ ਖੇਡ ਮੈਦਾਨ ਦੇ ਵਿੱਚ ਲਾ ਜਫਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਜੱਟਾ ਸ਼ੀਨੀਵਾਲ ਕਬੱਡੀ ਪਲੇਅਰ ਆਪਣੀ ਗੱਡੀ ਕੋਲੇ ਪੁੱਜ ਜਾਵੇ ਇੱਧਰ ਸਾਡੇ ਵੀਰ ਹਰਪ੍ਰੀਤ ਸਿੰਘ ਜੀ ਕੋਰੇ ਵਾਲਾ ਬਹੁਤ ਸਾਰਾ ਮਾਣ ਪਿਆਰ ਪੁੱਜਦਾ ਕਰ ਰਹੇ ਹੈ
ਇਹ ਅੰਤਰ ਜਨੇਤ ਪੁਰੇ ਵਾਲਾ ਤੇ ਕਹਿੰਦੇ 14 ਤਰੀਕ ਹੈ ਨਾਥੇ ਵਾਲੇ ਦੇ ਕਬੱਡੀ ਟੂਰਨਾਮੈਂਟ ਦੀ ਤੇ ਕਹਿੰਦੇ ਮੋਟਰਸਾਈਕਲ ਦਿੱਤਾ ਜਾਣਾ ਹੈ ਅੰਤਰ ਜਨੇਤ ਪੁਰੇ ਵਾਲੇ ਦੀ ਕਬੱਡੀ ਤੇ ਗੱਡੀ ਮੱਲੇ ਵਾਲਾ ਵੇਖੋ ਉਧਰਲੇ ਪਾਸੇ ਨੌਜਵਾਨ ਵਾਹ ਪੁਆਇੰਟ ਰੇਡਰ ਦਾ ਇਹ ਅੰਤਰ ਜਨੇਤ ਪੁਰੀ ਹੈ ਉਧਰ ਸੁਖ ਜੀ ਘੱਲ ਕਲਮ ਵਾਲੇ ਕੋਲ ਸਾਹਿਬ ਨਹੀਂ ਭੁੱਲ ਸਕੇ ਉਹਨਾਂ ਦੀ ਵੀ ਅਸੀਂ ਹਾਜ਼ਰੀ ਲਵਾਉਂਦੇ ਹਾਂ ਜਥੇਦਾਰ ਹਾਕਮ ਸਿੰਘ ਟੋਨਾ ਬਾਰੇ ਵਾਲੀ ਆ ਪੁੱਜਿਆ ਹੋਇਆ ਹੈ ਕਮਿਕਰ ਔਗੜਾਂ ਵਾਲੇ ਦੇ ਕਹਿੰਦੇ ਅੱਜ ਦੇ ਮੇਲੇ ਦੇ ਲਈ ਗਹਿ ਕਟਵੇਂ ਯੋਗਦਾਨ ਨਹੀਂ ਮੇਰੀ ਵੀਰੋ ਕਮਿਕਰ ਔਗੜ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇੱਧਰ ਗੁੱਗੂ ਦੋਦਰ ਦਾ ਤੇ ਹਿੰਦਾ ਮਲਕ ਦਾ ਜਗਰਾਓਂ ਸ਼ਹਿਰ ਦੀ ਗੱਲ ਹੈ ਬਾਵੇ ਮਲਕ ਵਾਲਿਆ ਇਸ ਲਈ ਖੇਡ ਮੈਦਾਨ ਦੇ ਵਿੱਚ ਹਿੰਦਾ ਮਲਕ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਜਮੇਰ ਨੇ ਕਹਿੰਦੇ 7 ਸੈਕਿੰਡ ਦੇ ਵਿੱਚ ਮੇਰੇ ਵੀਰੋ ਰਿਕਾਰਡ ਪੈਦਾ ਕੀਤਾ ਟੱਚ ਲਾ ਕੇ ਵਾਪਸ ਆਉਣ ਦਾ ਬੱਬੂ ਦਾ ਸ਼ਿਕੰਦਰ ਦਾ ਪਿੰਡ ਹੈ ਰੁਪਿੰਦਰ ਨਹੀਂ ਪੁੱਜ ਸਕਿਆ ਜਲਾਲ ਪਿੰਡ ਦਾ ਮਸ਼ਹੂਰ ਕਬੱਡੀ ਦਾ ਬੁਲਾਰਾ ਹੈ ਉਹਦਾ ਵੀ ਲੰਡੇ ਕੇ ਦੇ ਕਬੱਡੀ ਕੱਪ ਤੇ ਕਹਿੰਦੇ ਕਰਮਪਾਲ ਸਿੱਧੂ ਵੱਲੋਂ ਮਹਿੰਦਰਾ ਦੀ ਥਾਰ ਜੀਪ ਦੇ ਨਾਲ ਕਹਿੰਦੇ ਰੁਪਿੰਦਰ ਜਲਾਲ ਦਾ ਇਸ ਸਾਲ ਲੰਡੇ ਕੇ ਦੇ ਕਬੱਡੀ ਕੱਪ ਤੇ ਸਨਮਾਨ ਕੀਤਾ ਜਾਣਾ ਹੈ ਇੱਧਰ ਜੱਸੀ ਚੰਦਾ ਵਾਲੇ ਨੇ ਕਬੱਡੀ ਪਾਈ ਹੈ ਹਿੰਦਾ ਮਲਕ ਦਾ ਅਮਰੂ ਜਨੇਤਪੁਰੇ ਦਾ ਬਿੰਦੀ ਜੌਲ ਪਰਿਵਾਰ ਦਾ ਮੇਰੇ ਵੀਰੋ ਵਿਆਹ ਬੰਧਨ ਦੇ ਵਿੱਚ ਵੱਧ ਗਿਆ ਇਹ ਵੀ ਨੌਜਵਾਨ ਦੇ ਲਈ ਮੁਬਾਰਕਬਾਦ ਵੀ ਹੈ ਤੇ ਪੁਆਇੰਟ ਜਿਹੜਾ ਇਸ ਲਈ ਜੱਸੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅੰਤਰ ਫਿਰ ਕਬੱਡੀ ਪਾਉਣ ਦੇ ਲਈ ਨੌਜਵਾਨ ਤਿਆਰ ਹੈ ਕਿ ਰਣ ਜਿੱਤਣ ਨੂੰ ਸੂਰ ਮਾਰੇ ਹਰਦਮ ਲੋਕੋ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰਜੇ ਵਾਰ ਇਹ ਅੰਤਰ ਜਨੇਤਪੁਰੀ ਹੈ ਮੇਰੇ ਵੀਰੋ ਸਿੱਧਵਾਂ ਬੇੜ ਦਾ ਇਲਾਕਾ ਗਿੱਦੜ ਪਿੰਡੀ ਬੜੇ ਮਸ਼ਹੂਰ ਪਿੰਡ ਨੇ ਲਓ ਸਾਹਮਣੇ ਮਾਰੀ ਸ਼ਾਸ ਨੌਜਵਾਨ ਗੱਭਰੂ ਨੇ ਮਾਣਕ ਦੀ ਕੋਸ਼ਿਸ਼ ਤੇ ਅੰਤਰ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਇੱਧਰ ਅਗਲੀ ਕਬੱਡੀ ਵੇਖੋ ਇਹ ਆ ਦੌਦਰ ਵਾਲਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਹੈ ਉਧਰ ਸੋਨੀ ਪ੍ਰਾਣ ਸਾਡਾ ਵੀਰ ਦੋਨੋਂ ਬੁਲਾਰਿਆਂ ਦੇ ਲਈ 200 ਰੁਪਏ ਦੇ ਮਾਨ ਪਿਆਰ ਪੁੱਜਦਾ ਕਰ ਰਿਹਾ ਹੈ ਰੋਡਿਆਂ ਵਾਲਾ ਜਗਮੋੜ ਸਰਪੰਚ ਹੋਣਾ ਦੇ ਨਾਲ ਪਿਆਰ ਹੈ ਤੇ ਇਧਰਲੇ ਪਾਸੇ ਵੇਖੋ ਹੁਣ ਕਬੱਡੀ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਚੰਦਨਾਵੇਂ ਦੀ ਟੀਮ ਦੇ ਵੱਲੋਂ ਗੱਗੂ ਦੌਦਰ ਵਾਲੇ ਨੇ ਕਬੱਡੀ ਪਾਈ ਹੈ ਤੇ ਚਾਰ ਜਾਫੀ ਵੇਖੋ ਉਧਰਲੇ ਪਾਸੇ ਹਿੰਦਾ ਨੌਜਵਾਨ ਮਲਕ ਵਾਲਾ ਇਹ ਜਗਰਾਓਂ ਵਾਲਾ ਵੇਖੋ ਨੌਜਵਾਨ ਜਗਰਾਓਂ ਦੀ ਬੁੱਕਲ ਦੇ ਵਿੱਚ ਵਸਿਆ ਪਿੰਡ ਮਲਕ ਪਿੰਡ ਹੈ ਤੇ ਹਿੰਦਾ ਇਸ ਸਮੇਂ ਜੱਫਾ ਲਾ ਚੁੱਕਾ ਹੈ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਅਗਲਾ ਮੈਚ ਜਿਹੜਾ ਘੱਲ ਕਲਾਂ ਤੇ ਘੋਲੀਆਂ ਦਾ ਪਲੇਅਰ ਖਾਨਪੁਰ ਤੇ ਥਰਾਜ ਦੀਆਂ ਟੀਮਾਂ ਦਾ ਖੇਡਿਆ ਜਾਣਾ ਹੈ ਇਧਰਲੇ ਪਾਸੇ ਇਹ ਆ ਜਲਾਲ ਵਾਲਾ ਮੇਰੇ ਪੰਜਾਬੀ ਵੀਰੋ ਜਲਾਲ ਵਾਲਾ ਗਗਨ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਉਧਰਲੇ ਪਾਸੇ ਨੌਜਵਾਨ ਡੱਲੇ ਵਾਲੇ ਨੇ ਟਰਾਈ ਕੀ ਮੱਲੇ ਵਾਲੇ ਨੇ ਟਰਾਈ ਕੀਤੀ ਹੈ ਤੇ ਪੁਆਇੰਟ ਜਿਹੜਾ ਗਗਨ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ ਇਹ ਆ ਮਿੱਠੂ ਬਰਾੜ ਹੋਣਾ ਦੇ ਪਿੰਡ ਦਾ ਨੌਜਵਾਨ ਜੱਸੀ ਚੰਦ ਨਵਿਆਂ ਵਾਲਾ ਕਮਿਕਰ ਔਗੜ ਹੋਣਾ ਦੀ ਟੀਮ ਦਾ ਮੱਖਣ ਚਰਿਕ ਹੋਣਾ ਦੀ ਟੀਮ ਦਾ ਜੱਸੀ ਚੰਦਾ ਵਾਲਾ ਕਬੱਡੀ ਪਾਉਂਦਾ ਹੋਇਆ ਹੈ ਤੇ ਚਾਰ ਜਾਫੀ ਹੈ ਇਧਰਲੇ ਪਾਸੇ ਜਨੇਤਪੁਰੇ ਦੀ ਧਰਤੀ ਦੇ ਇੱਕ ਨਹੀਂ ਤੇ ਮਲਕ ਵਾਲਾ ਇਧਰਲੇ ਪਾਸੇ ਵੇਖੋ ਇਸ ਸੀਜ਼ਨ ਦੇ ਵਿੱਚ ਸਿਰੇ ਦੇ ਜੱਫੇ ਲਾ ਰਿਹਾ ਹੈ ਜੇ ਤਾਂ ਹਿੰਦੇ ਮਲਕ ਦੀ ਖੇਡ ਵਧੀਆ ਲੱਗਦੀ ਤੇ ਇੱਕ ਤਾੜੀ ਮਾਰ ਦਿਓ ਦਰਸ਼ਕ ਵੀਰੋ ਮੈਚ ਸਮਾਪਤ ਹੈ ਲੈ ਵੀ ਪਰਪਕਾਰ ਕਿਹੜੀ ਟੀਮ ਜੇਤੂ ਹੈ ਜਨੇਤਪੁਰੇ ਦੀ ਟੀਮ ਕਹਿੰਦੇ ਇਸ ਮੈਚ ਦੀ ਟੀਮ ਰਹੀ ਹੈ ਬਲਵੀਰ ਸਿੰਘ ਜੀ ਧੁੰਦਾ ਜਾਰਜੀਆ ਦੇ ਵਿੱਚ ਬੈਠੇ ਕਬੱਡੀ 365.com ਦੇ ਜਰੀਏ ਫਤਿਹਗੜ੍ਹ ਵਾਲੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ ਬਹੁਤ ਬਹੁਤ ਧੰਨਵਾਦ ਹੈ ਸੁੱਖਾ ਬੌਕਸਰ ਵੀ ਕਹਿੰਦੇ ਆਇਆ ਹੋਇਆ ਸੁੱਖਾ ਬੌਂਸਰ ਸੁੱਖੇ ਬੌਂਸਰ ਦਾ ਧੰਨਵਾਦ ਹੈ ਉਹ ਵੀ ਪੁੱਜਿਆ ਸੁੱਖੇ ਬੌਂਸਰ ਨੂੰ ਪਿਆਰ ਕਰਦੇ ਤੁਸੀਂ ਦਰਸ਼ਕ ਵੀਰਿਓ ਸੁੱਖੇ ਦਾ ਵੀ ਸਰੀਰ ਦੇ ਦਰਸ਼ਨ ਕਰਾਵਾਂਗੇ ਪਰ ਹਰ ਇੱਕ ਟੂਰਨਾਮੈਂਟ ਤੇ ਟੀ ਸ਼ਰਟ ਲਵਾਉਣ ਲੱਗ ਗਏ ਤੇ ਇੱਕ ਦਿਨ ਪੰਗਾ ਲਿਆ ਸੀਗਾ ਹੁਣ ਹਰ ਟੂਰਨਾਮੈਂਟ ਤੇ ਪੰਗਾ ਪੈ ਗਿਆ ਸੁੱਖੇ ਦੀ ਟੀ ਸ਼ਰਟ ਲਾਓ ਸੁੱਖਾ ਬੌਂਸਰ ਵੀ ਕਹਿੰਦੇ ਅੱਜ ਦੇ ਮੇਲੇ ਤੇ ਪੁੱਜਿਆ ਹੋਇਆ ਇਧਰਲੀ ਸਾਈਡ ਆ ਲਿਓ ਜਿਹਨਾਂ ਨੇ ਪੈਸੇ ਦੇਣੇ ਉੱਥੇ ਦਰਬਾਰ ਖੜਾ ਹੈ ਪਲੀਜ਼ ਉੱਥੇ ਪੈਸੇ ਦੇ ਦੇਣ ਇਧਰਲੇ ਪਾਸੇ ਮੈਚ ਘੱਲ ਕਲਾਂ ਤੇ ਘੋਲੀਏ ਦੀਆਂ ਟੀਮਾਂ ਦੇ ਦਰਮਿਆਨ ਹੁਣ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ ਕੱਲਾਂ ਦੀ ਟੀਮ ਕਹਿੰਦੇ ਬੁੱਕਣ ਵਾਲੀਏ ਜੱਸੇ ਹੋਣਾ ਦੇ ਸੱਦੇ ਤੇ ਨਾਲ ਗੱਜਣ ਵਾਲੀਏ ਗੋਰੇ ਹੋਣਾ ਦੇ ਸੱਦੇ ਤੇ ਰਮਣੇ ਹੋਣਾ ਦੇ ਸੱਦੇ ਤੇ ਜਗਮੋਹਨ ਸਰਪੰਚ ਹੋਣਾ ਦੇ ਸੱਦੇ ਤੇ ਕਾਲੇ ਕੈਬ ਵਾਲੇ ਜੱਸੇ ਹੋਣਾ ਦੇ ਸੱਦੇ ਤੇ ਪੁੱਜੀ ਹੈ ਉਧਰ ਗੋਰੇ ਸ਼ਰਮੇ ਦਾ ਵੀ ਧੰਨਵਾਦ ਹੈ ਉਹ ਵੀ ਇਹਨਾਂ ਖਿਡਾਰੀਆਂ ਦੇ ਨਾਲ ਪੁੱਜਿਆ ਹੋਇਆ ਹੈ ਗੋਰੇ ਸ਼ਰਮੇ ਦਾ ਵੀ ਧੰਨਵਾਦ ਹੈ ਲਓ ਮੈਚ ਘੋਲੀਆਂ ਤੇ ਘੱਲ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਹੈ
ਕੱਲਾਂ ਦੀ ਟੀਮ ਪਿੰਡ ਵਾਲੇ ਪਾਸੇ ਹੈ ਤੇ ਗੁਰਦੁਆਰਾ ਸਾਹਿਬ ਵਾਲੀ ਸਾਈਡ ਟੀਮ ਜਿਹੜੀ ਇਹ ਘੋੜੀਏ ਦੀ ਹੈ ਲੈ ਵੀ ਅੰਬੂ ਪੁਆਇੰਟ ਜਿਹੜੇ ਪਹਿਲਾਂ ਜਿੰਨੇ ਚੱਲੇ ਆ ਸੱਜਣਾ ਉਹਨੇ ਹੀ ਦਿੱਤੇ ਜਾਣਗੇ ਸਾਢੇ ਅੱਠ ਨੌ ਬਹੁਤ ਅੰਬੂ ਇੱਕ ਪੁਆਇੰਟ ਨਾਲ ਕੀ ਹੁੰਦਾ ਮੰਨ ਜਾ ਯਾਰ ਸਾਡੀ ਵੀ ਸਾਢੇ ਨੌ ਦਸ ਇੱਧਰ ਵਿੱਕੀ ਫੂਲੇ ਵਾਲੀ ਹੈ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਇੱਧਰ ਸਾਡੇ ਪੱਪੂ ਆਸਟ੍ਰੇਲੀਆ ਜੀ ਬਹੁਤ ਸਾਰਾ ਮਾਣ ਪਿਆਰ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਪੂਜਾ ਕਰ ਰਹੇ ਹੈ ਬਹੁਤ ਬਹੁਤ ਧੰਨਵਾਦ ਹੈ ਮੇਰੇ ਤੇ ਅਮਨ ਦੇ ਲਈ ਇੱਧਰ ਕਬੱਡੀ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ ਇਹ ਹੈ ਕਮਾਂਡੋ ਮੇਰੇ ਪੰਜਾਬੀ ਵੀਰੋ ਘੋੜੀਏ ਵਾਲਾ ਕਮਾਂਡੋ ਘੋੜੀਆ ਕਲਾ ਪਿੰਡ ਹੈ ਸ਼ਹੀਦ ਕੀਲਾ ਸਿੰਘ ਦੀ ਧਰਤੀ ਹੈ ਤੇ ਵੇਖੋ ਨੌਜਵਾਨ ਇਹ ਹੈ ਕਮਾਂਡੋ ਘੋੜੀਏ ਵਾਲਾ ਇਹ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਆ ਇਹ ਨੌਜਵਾਨ ਕਹਿੰਦੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦਾ ਵੀ ਇਹ ਬੈਸਟ ਰਿਹਾ ਹੈ ਤੇ ਕੋਟਲੇ ਦੇ ਵਿੱਚ ਇੱਕ ਬੋਲਟ ਜਿੱਤਿਆ ਇਸ ਕਬੱਡੀ ਦੇ ਖਿਡਾਰੀ ਨੇ ਇਹ ਆ ਸੁਲਤਾਨਪੁਰ ਲੋਧੀ ਦੇ ਲਾਗੇ ਕਰਕੇ ਪਰਮਜੀਤਪੁਰਾ ਪਿੰਡ ਕਾਲੇ ਹੋੜੇ ਕੈਨੇਡਾ ਦੇ ਵਿੱਚ ਜਾ ਵਸੇ ਹੈ ਇਧਰਲੇ ਪਾਸੇ ਵੇਖੋ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਬਾਕੀ ਪਰਮਜੀਤਪੁਰੇ ਵਾਲਾ ਇਸ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਲਓ ਕਹਿੰਦੇ ਘੋੜੀਏ ਪਿੰਡ ਦਾ ਭੋਂਦੂ ਇਸ ਲਈ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕੱਲ ਕਲਾਂ ਦੀ ਟੀਮ ਦੇ ਕਹਿੰਦੇ ਚਾਰ ਜਾਫੀ ਹੈ ਕੱਲਾਂ ਦੀ ਕਹਿੰਦੇ ਕਬੱਡੀ ਦੇ ਵਿੱਚ ਤੂਤੀ ਬੋਲਦੀ ਰਹੀ ਹੈ ਉਧਰ ਲਕਸ਼ਮਣ ਵੀ ਆਪਣੀ ਡਿਊਟੀ ਤੇ ਹਾਜ਼ਰ ਹੈ ਕੱਲ ਕਲਾਂ ਵਾਲਾ ਹੈ ਕੁਲਜੀਤ ਬਿੰਦਰ ਹੁਣਾਂ ਨੇ ਤਕੜੀ ਕਬੱਡੀ ਖੇਡੀ ਹੈ ਪਰ ਆ ਜਾਫੀ ਦੀ ਦੁਨੀਆ ਦੀਵਾਨੀ ਹੈ ਪਰ ਪੁਆਇੰਟ ਭੋਲੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਜੇ ਜੀ ਇੱਕ ਪੂਰੇ ਪਿੰਡ ਦਾ ਕਿ ਖਾ ਗਿਆ ਜਵਾਨੀ ਮੇਰੇ ਰੰਗਲੇ ਪੰਜਾਬ ਦੀ ਜ਼ਹਿਰ ਇੱਕ ਬਾਰਡਰਾਂ ਤੋਂ ਪਾਰਾਂ ਦਾ ਹੈ ਲਓ ਗੀਤ ਵੀ ਗਾਇਆ ਗਾਉਂਦਾ ਹੈ ਔਰ ਕਹਿੰਦੇ ਕਬੱਡੀ ਵੀ ਖੇਡਦਾ ਰਾਜਿਆਂ ਦਾ ਪਿੰਡ ਬਾਬੇ ਬਿੱਲੂ ਦਾ ਪਿੰਡ ਹੈ ਆ ਨੌਜਵਾਨ ਕਾਲੂ ਰਾਜਿਆਂ ਨੇ ਦਾ ਵੇਖਦਾ ਵੀ ਹੁਣ ਗੱਲ ਵੱਖਰੀ ਬਣ ਗਈ ਹੈ ਲਓ ਕਾਲੂ ਤੇ ਗੇਜੀ ਗੇਜੀ ਤੇ ਕਾਲੂ ਉਹ ਬੱਲੇ 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 ਸਵਾਦ ਆ ਗਿਆ ਬਾਵੇ ਕਾਲੂ ਨਹੀਂ ਉਰੀਸਾ ਤੇਰੀ ਆ ਨੌਜਵਾਨ ਸੀਤਾ ਜੀ ਤਾਰੀ ਨਸਰਾਲਾ ਸਾਡੇ ਵੀਰ ਉਹ ਵੀ ਟੋਰਾਂਟੋ ਦੇ ਵਿੱਚ ਬੈਠੇ ਇਹਨਾਂ ਮੈਚਾਂ ਦਾ ਕਬੱਡੀ 365.com ਦੇ ਜ਼ਰੀਏ ਆਨੰਦ ਮਾਣ ਰਹੇ ਹੈ ਉਹਨਾਂ ਦਾ ਧੰਨਵਾਦ ਹੈ ਜਿਹੜੇ ਅੰਬੂ ਦੀ ਖੇਡ ਨੂੰ ਪਿਆਰ ਕਰਦੇ ਤਾੜੀ ਖੁੱਲ ਕੇ ਮਾਰ ਦਿਓ ਦਰਸ਼ਕ ਵੀਰ ਉਧਰ ਸਾਡੇ ਵੀਰ ਡੈਰੀ ਵਾਲੇ ਧੀਰਾ ਜੀ ਘੱਲ ਕਲਾਂ ਵਾਲੇ ਉਹਨਾਂ ਵੱਲੋਂ ਵੀ ਅੰਬੂ ਜੇ ਇੱਕ ਜੱਫਾ ਹੋਰ ਲਾਵੇਗਾ ਫਿਰ 500 ਦਿੱਤਾ ਜਾਵੇਗਾ ਇੱਕ ਤਰੀਕ ਇਹਦੇ ਪਿੰਡ ਦੇ ਵਿੱਚ ਕੱਪ ਹੋਇਆ ਤੇ ਮੋਟਰਸਾਈਕਲ ਜਿੱਤਿਆ ਪੰਜ ਤਰੀਕ ਫਿਰ ਪਰਮਜੀਤਪੁਰੇ ਦੇ ਕਬੱਡੀ ਕੱਪ ਦੀ ਹੈ ਮੇਰੇ ਵੀਰੋ ਸੁਲਤਾਨਪੁਰ ਲੋਧੀ ਦਾ ਏਰੀਆ ਮਹਾਨ ਕਬੱਡੀ ਖਿਡਾਰੀ ਕਹਿੰਦੇ ਕਾਲੇ ਦਾ ਪੇਂਡੂ ਹੈ ਬਾਗੀ ਛਾਇਆ ਹੋਇਆ ਹੈ ਪੰਜਾਬ ਦੇ ਕਬੱਡੀ ਕੱਪਾਂ ਦੇ ਮੇਰੇ ਵੀਰੋ ਪਰਮਜੀਤਪੁਰੀਆ ਦੌਲਤਪੁਰਾ ਹੈ ਕੋਟਲਾ ਮੇਹਰ ਸਿੰਘ ਵਾਲਾ ਪਿੰਡੇ ਉਹਨਾਂ ਦੇ ਕੱਪ ਦਾ ਵੀ ਵੈਸ ਰਿਹਾ ਹੈ ਇਹ ਨੌਜਵਾਨ ਉਧਰ ਭੋਲੂ ਘੋੜੀਏ ਵਾਲਾ ਹੈ ਔਰ ਨੌਜਵਾਨ ਕਹਿੰਦੇ ਕਿਤੇ ਘੋੜੀਏ ਦੇ ਗੇਲੇ ਦੀਆਂ ਗੱਲਾਂ ਹੋਈਆਂ ਇਧਰ ਨੌਜਵਾਨ ਖਿਡਾਰੀ ਪਈ ਹੋਈ ਕਬੱਡੀ ਇਧਰ ਜਗਮੋਹਨ ਸਿੰਘ ਜੀ ਸਰਪੰਚ ਜੈ ਸਿੰਘ ਵਾਲਾ ਗੁਰਪ੍ਰੀਤ ਸੇਖੋ ਪੋਤਗੀ ਨੀਟਾ ਦਿਆਲ ਰਾਜੂ ਘੱਲਕਲਾ ਰਿੱਕੀ ਸਿੰਘਾਂ ਵਾਲਾ ਨਵੀਂ ਸਿੰਘਾਂ ਵਾਲਾ ਜੰਟਾ ਸਿੰਘਾਂ ਵਾਲਾ ਤੇ ਵਿੱਕੀ ਫੂਲੇ ਵਾਲਾ ਤੇ ਨਿਸ਼ੂ ਬਾਘਾ ਪੁਰਾਣਾ ਕੱਲਾਂ ਵਾਲੇ ਅੰਬੂ ਦੇ ਹਰ ਇੱਕ ਜੱਫੇ ਦਾ 5000 ਰੁਪਇਆ ਦਿੱਤਾ ਜਾਵੇਗਾ ਲਾ ਉਧਰ ਅੰਬੂ ਦੇ ਜੱਫੇ ਤੇ ਕਹਿੰਦੇ ਸਾਡੇ ਵੀਰ ਸਾਰੇ ਹੋਣੀ ਸਾਰੇ ਪੁੱਜੇ ਹੋਏ ਜੱਸੇ ਦੇ ਸੱਦੇ ਬੁਲਾਵੇ ਤੇ ਮੇਰੇ ਵੀਰੋ ਅੱਜ ਟੀਮ ਖੇਡ ਰਹੀ ਹੈ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਘੱਲ ਕਲਾਂ ਦੀ ਗੱਲ ਹੁੰਦੀ ਹੈ ਇੱਧਰ ਬਾਗੀ ਨੇ ਪੁਆਇੰਟ ਜੋੜ ਦਿੱਤਾ ਕਮਾਂਡੋ ਅਗਲੀ ਕਬੱਡੀ ਪਾਉਣ ਦੇ ਲਈ ਘੋੜੀਏ ਵਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਗੁਰਸੇਵਕ ਸਰਪੰਚ ਦਾ ਪਿੰਡ ਹੈ ਕਹਿੰਦੇ ਲਓ ਕਮਾਂਡੋ ਦੀ ਪਈ ਹੋਈ ਕਬੱਡੀ ਤੇ ਸਾਹਮਣੇ ਸੋਨਾ ਘੱਲ ਕਲਾਂ ਵਾਲਾ ਕਹਿੰਦੇ ਨੌਜਵਾਨ ਡਰੋਲੀ ਭਾਈ ਦੇ ਮੇਲੇ ਤੇ ਬੈਸਟ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਔਰ ਬਾਗੀ ਪਰਮਜੀਤਪੁਰੇ ਦਾ ਪਾਵੇ ਬਾਗੀ ਤੇ ਖੇਡ ਕੌਡੀ ਵਿੱਚ ਨਾ ਚਮਕਿਆ ਜਿਵੇਂ ਅੰਬਰੀ ਚਮਕੇ ਤਾਰਾ ਖੇਡ ਸੁਨੱਖੀ ਦੇ ਨਾਲ ਯਾਰੋ ਇਹਨੇ ਜੱਗ ਮੋਲਿਆ ਸਾਰਾ ਖੇਡ ਸੁਨੱਖੀ ਦੇ ਨਾਲ ਯਾਰੋ ਗੁਰਜੀਤ ਉਮਰੀ ਜਾਣੇ ਤੋਂ ਬੂਟੇ ਦੇ ਨਾਲ ਸਾਊਂਡ ਦੇ ਨੇੜੇ ਆ ਕੇ ਸੰਪਰਕ ਕਰ ਲਵੇ ਸਾਡਾ ਵੀਰ ਗੁਰਜੀਤ ਲਾਈਟ ਵਾਲਾ ਗੁਰਜੀਤ ਮਠਾੜੂ ਸਾਡਾ ਵੀਰ ਉਹ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਜ਼ਰੂਰ ਕਾਇਮ ਕਰੇਗਾ ਗੁਰਜੀਤ ਮਠਾੜੂ ਲਾਈਟਾਂ ਵਾਲਾ ਵੀਰ ਉਧਰ ਸਾਡੇ ਵੀਰ ਬੱਬੂ ਸਿਨੀਮੈਨ ਉਹਨਾਂ ਦੇ ਵੱਲੋਂ ਵੀ ਇਹਨਾਂ ਸਾਡੇ ਵੀਰਾਂ ਦੇ ਨਾਲ ਜਗਮੋਹਨ ਸਰਪੰਚ ਹੋਣੀ ਗੁਰਪ੍ਰੀਤ ਸੇਖੋ ਨੀਟੇ ਦਿਆਲ ਰਾਜੂ ਘੱਲ ਰਿੱਕੀ ਸਿੰਘਾਂ ਵਾਲਾ ਨਵੀਂ ਸਿੰਘਾਂ ਵਾਲਾ ਜੱਟਾ ਸਿੰਘਾਂ ਵਾਲਾ ਵਿੱਕੀ ਫੂਲੇ ਵਾਲਾ ਤੇ ਨਿਸ਼ੂ 5000 ਰੁਪਇਆ ਹੁਣ ਘੱਲਾਂ ਵਾਲੇ ਅੰਬੂ ਦੇ ਜੱਫੇ ਦਾ ਬੱਬੂ ਸਿਟੀਮੈਨ ਬੱਬੂ ਸਿਟੀਮੈਨ ਬੋਲਤਾ ਵੀਰੇ ਯਾਰ
ਬੋਲਿਆ ਬਾਈ ਜੀ ਨਾ ਵੀ ਬੋਲਦਾ ਹੈ ਹੁਣ ਨਾ ਹੀ 15 ਵਿੱਚ ਦੀ ਖਿਆਲ ਨਹੀਂ ਰਹਿੰਦਾ ਇਧਰਲੇ ਪਾਸੇ ਵੇਖੋ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੈ ਉਧਰ ਤਾਰੀ ਨਸਰਾਲਾ ਸਾਡਾ ਵੀਰ ਉਹ ਵੀ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਹੈ ਬਾਰੇ ਵਾਲੀ ਇਹ ਟੋਨੇ ਦੇ ਸੱਦੇ ਤੇ ਵੀ ਅੱਜ ਦੁਨੀਆਂ ਦੇ ਮਲ ਪੁੱਜੇ ਹੈ ਗੁਰਜੀਤ ਉਮਰੀ ਆਣਾ ਸਾਊਂਡ ਕੋਲੇ ਪੁੱਜੇ ਗੁਰਜੀਤ ਉਮਰੀ ਆਣਾ ਇਧਰ ਰਮਣੇ ਦੇ ਵੱਲੋਂ ਦੋਨੋਂ ਬੁਲਾਰਿਆਂ ਦੇ ਲਈ 500 ਰੁਪਏ ਦੇ ਮਾਣ ਪਿਆਰ ਹੈ ਰਮਣਾ ਸਾਡਾ ਵੀਰ ਵੱਡੀ ਭਰਮੀ ਜਿਹੜੇ ਯੋਗਦਾਨ ਹੈ ਅੱਜ ਦੇ ਇਸ ਖੇਡ ਮੇਲੇ ਤੇ ਰਮਣੇ ਹੋਣਾ ਦਾ ਟੂਰਨਾਮੈਂਟ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਜਿਹੜੇ ਦਰਸ਼ਕ ਵੀਰ ਘੱਲਾ ਤੋਂ ਆਇਆ ਤਾੜੀ ਮਾਰ ਕੇ ਦੱਸੋ ਕਿੰਨੇ ਕੁ ਆਇਆ ਘੱਲਾ ਤੋਂ ਘੱਲਾ ਦੀ ਟੀਮ ਖੇਡ ਰਹੀ ਹੈ ਏਰੀਏ ਦੇ ਵਿੱਚ ਲਓ ਸਾਹਮਣੇ ਨੌਜਵਾਨ ਕਮਾਂਡੋ ਨੇ ਕਬੱਡੀ ਪਾਈ ਹੈ ਚਾਰ ਜਾਫੀਆਂ ਦੇ ਵਿੱਚੋਂ ਉਧਰ ਇਸ਼ਾਰਾ ਹੋ ਚੁੱਕਿਆ ਗੀਤੇ ਕੋਟ ਕਰੋੜ ਵਾਲੇ ਦਾ ਮੰਦਰ ਵਰਗੇ ਕਹਿੰਦੇ ਮਸ਼ਹੂਰ ਖਿਡਾਰੀ ਉਸ ਪਿੰਡ ਦੇ ਕੋਟ ਕਰੋੜ ਦੀ ਸੋਨੀ ਦੀ ਗੱਲ ਹੁੰਦੀ ਹੈ ਮੇਰੇ ਵੀਰੋ ਸਮਾਂ ਸਮਾਂ ਸਮਰੱਥ ਹੈ ਲਓ ਗੇਜੀ ਕਪੂਰਿਆਂ ਵਾਲਾ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਉਧਰ ਕਹਿੰਦੇ ਰਾਜੇ ਆਣੀਆਂ ਉਹ ਬੱਲੇ 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 ਉਹ ਸਵਾਦ ਵਾਵੇ ਗੱਭਰੂ ਹੈ ਉਹ ਜੇ ਮੈਚ ਵਧੀਆ ਲੱਗਦਾ ਤਾਂ ਜੈ ਸਿੰਘ ਬਾਰੇ ਬਾਲਿਓ ਲਲਕਾਰਾ ਮਾਰ ਦਿਓ ਲਓ ਸਿਰੇ ਦਾ ਮੈਚ ਹੈ ਮੇਰੇ ਵੀਰੋ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਜੈ ਸਿੰਘ ਵਾਲੇ ਦਾ ਪਹਿਲਾ ਕਬੱਡੀ ਕੱਪ ਹੈ ਮੇਰੇ ਵੀਰੋ ਤੇ ਸਿਰਾ ਲੱਗਿਆ ਪਿਆ ਹੈ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਅਗਲੇ ਸਾਲ ਹੋਰ ਵੀ ਮੇਰੇ ਵੀਰੋ ਵੱਡੀਆਂ ਰੌਣਕਾਂ ਲੱਗਣਗੀਆਂ ਜਗਮੋਹਨ ਸਿੰਘ ਸਰਪੰਚ ਹੋਣਾ ਨੂੰ ਮੇਰੀ ਬੇਨਤੀ ਹੈ ਜੀ ਮੈਂ ਮਾਫੀ ਚਾਹੁੰਦਾ ਹਾਂ ਇੱਧਰ ਇੱਕ ਤਾਂ ਆਪੋ ਆਪਣੇ ਪਰਸ ਸਾਂਭ ਲਓ ਇੱਕ ਇੱਧਰ ਜਨੇਤਪੁਰੇ ਦੇ ਪਲੇਅਰ ਜਦੋਂ ਮੈਚ ਖੇਡਣ ਆਏ ਤੇ ਉਹਨਾਂ ਦੀ ਗੱਡੀ ਦੇ ਵਿੱਚੋਂ ਕਿਸੇ ਨੇ ਤਿੰਨ ਤਾਂ ਆਈਫੋਨ ਕੱਢ ਲਏ ਹੈ ਤੇ ਜਿਹੜਾ ਸੋਨਾ ਸੱਪਾ ਤੇ ਨਾਲ ਨਗਦ ਰਾਸ਼ੀ ਵੀ ਕੱਢੀ ਗਈ ਹੈ ਇਹ ਬੜੀ ਮਾੜੀ ਗੱਲ ਹੈ ਪਲੇਅਰ ਜਦੋਂ ਕੱਪੜੇ ਉਤਾਰ ਕੇ ਆਪਣੇ ਗੱਡੀ ਦੇ ਵਿੱਚ ਰੱਖ ਕੇ ਤੇ ਗਰਾਊਂਡਾਂ ਵੱਲ ਆਉਂਦੇ ਹੈ ਤੇ ਪਿੱਛੋਂ ਜਿਹੜੇ ਇਹੋ ਜਿਹੇ ਵਾਕੇ ਹੋ ਜਾਂਦੇ ਹੈ ਆਈ ਡੀ ਪਰੂਫ ਹੀ ਕਹਿੰਦੇ ਕਿਸੇ ਪਾਸੇ ਰੱਖ ਜਾਓ ਬਾਕੀ ਕਾਸੇ ਦੀ ਲੋੜ ਨਹੀਂ ਜੋ ਜਿਹੜਾ ਲੈ ਗਏ ਹੋ ਸੋ ਲੈ ਗਏ ਹੋ ਮਿਲ ਜੂ ਪਰ ਮਿਲੂ ਪਤਾ ਨਹੀਂ ਕਿੱਥੇ ਹੌਲੀ ਹੌਲੀ ਮਿਲ ਜੂ ਜਿਹਨੇ ਕੰਮ ਕਰਨਾ ਸੀ ਉਹ ਕਰਤਾ ਹਰ ਮੇਲੇ ਤੇ ਏਦਾਂ ਕਬੱਡੀ ਵਾਲਿਆਂ ਨੂੰ ਪਤਾ ਨਾਲੇ ਏਦਾਂ ਆਉਂਦੇ ਫਿਰ ਗੱਡੀਆਂ ਦੂਰ ਲਾ ਆਉਂਦੇ ਆ ਗੱਡੀਆਂ ਉੱਥੇ ਕੋਈ ਛੱਡ ਗਿਆ ਕੋਈ ਨਾ ਕਿਸੇ ਨੂੰ ਖੜਾਇਆ ਕਰੋ ਕਿਉਂਕਿ ਸਮੇਂ ਦੀ ਗੱਲ ਹੈ ਲਓ ਆਪਾਂ ਕਬੱਡੀ ਦੀ ਗੱਲ ਕਰੀਏ ਕਮਾਂਡੋ ਨੌਜਵਾਨ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਪਾਵੀ ਬਾਗੀ ਪਰਮਜੀਤਪੁਰੇ ਵਾਲਿਆ ਕਬੱਡੀ ਉਹ ਜੇ ਕਿਸੇ ਦੇ ਮਨ ਮੇਰ ਪੈਂਦੀ ਆ ਤਾਂ ਉਹਨਾਂ ਨੇ ਆਈ ਡੀ ਪਰੂਫ ਹੀ ਦੇ ਜੋ ਆਈਫੋਨ ਤਾਂ ਜਾਂ ਤੇ ਐਪਲ ਆਈ ਡੀ ਪਾਈ ਹੋਈ ਤਾਂ ਵੱਜ ਜਾਣਗੇ ਹੈਲੋ ਇਸ ਤੋਂ ਅਗਲਾ ਮੈਚ ਬਲੇਰ ਖਾਨਪੁਰ ਤੇ ਥਰਾਜ ਹੈ ਤੇ ਅਗਲ ਇਸ ਮੈਚ ਵਿੱਚੋਂ ਘੱਲ ਕਲਾਂ ਦੀ ਟੀਮ ਜੇਤੂ ਰਹੀ ਹੈ ਜੀ ਅਗਲੀਆਂ ਟਾਈਆਂ ਪਵਾ ਦੇ ਟਾਈਆਂ ਨਿਕਲ ਚੁੱਕੀਆਂ ਹੈ ਜਿਹੜਾ ਪਹਿਲਾ ਮੈਚ ਅਗਲੇ ਰਾਊਂਡ ਦਾ ਖੇਡਿਆ ਜਾਣਾ ਦਰਸ਼ਕ ਵੀਰੋ ਉਹ ਮੈਚ ਇੰਦਗੜ ਵਰਸਿਜ ਪੰਜ ਗ੍ਰਾਈ ਇੰਦਗੜ ਤੇ ਪੰਜ ਗ੍ਰਾਈ ਤੇ ਦੂਜਾ ਮੈਚ ਡਾਲਾ ਵਰਸਿਜ ਜਨੇਤਪੁਰਾ ਸੁੱਖਾ ਸੁੱਖਾ ਡਾਲਾ ਤੇ ਜਨੇਤਪੁਰਾ ਰਸੂਲਪੁਰ ਵਰਸਿਜ ਘੱਲ ਕਲਾਂ ਤੇ ਜਿਹੜੀ ਬਲੇਰ ਖਾਨਪੁਰ ਤੇ ਥਰਾਜ ਦੇ ਵਿੱਚੋਂ ਜਿੱਤੇਗੀ ਉਸ ਟੀਮ ਨੂੰ 22 ਮਿਲੇਗੀ ਜੀ ਸੁੱਖਾ ਬੰਸਰ ਕਿੱਥੇ ਹੈ ਸੁੱਖਾ ਬੰਸਰ ਸੁੱਖੇ ਨੂੰ ਬੇਨਤੀ ਹੈ ਵੀ ਇਹ ਗਰਾਊਂਡ ਜਾਵੇ ਸੁੱਖਾ ਮੈਚ ਜਲਦੀ ਨਾਲ ਸ਼ੁਰੂ ਕਰਵਾ ਦਿਓ ਜੀ ਅੱਜ ਕਹਿੰਦੇ ਸ਼ਹੀਦ ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਦੇ ਵੱਲੋਂ ਇਹ ਪਹਿਲਾ ਕਬੱਡੀ ਦਾ ਟੂਰਨਾਮੈਂਟ ਜਿਹੜਾ ਸਾਡੇ ਜਗਮੋਹਨ ਸਿੰਘ ਜੀ ਸਰਪੰਚ ਸਾਹਿਬ ਹੋੜਾ ਦੇ ਵੱਲੋਂ ਆਪਣੇ NRI ਦੇ ਆਪਣੇ ਯਾਰਾਂ ਦੇ ਲੈ ਵੀ ਸੁੱਖਿਆ ਤੇਰੇ ਡੋਲੇ ਡੋਲੇ ਫਿੱਟ ਹੈ ਬਾਡੀ ਵੀ ਵਧੀਆ ਟੀ ਸ਼ਰਟ ਤਾਂ ਹਰ ਰੋਜ਼ ਲਾਉਂਦਾ ਅੱਜ ਡੰਡ ਲਾ ਕੇ ਦਿਖਾ ਕਿੰਨੇ ਲਾਏਗਾ ਤੇਰੇ ਉੱਤੇ ਕੁਇੰਟਲ ਦਾ ਬੰਦਾ ਪਾਉਣਾ ਬਾ ਦਿਆ ਡੰਡ ਲਾਏਗਾ ਕਿੰਨੇ ਲਾਏਗਾ ਪੰਜ ਤਾਂ ਥੋੜੇ ਹੈ ਇੱਕ ਕੁਇੰਟਲ 15 ਕਿਲੋ ਦਾ ਬੰਦਾ ਆ ਜਾਓ ਆਪਾਂ ਸੁੱਖੇ ਦਾ ਜ਼ੋਰ ਦੇਖਣਾ ਇਹਨੂੰ ਸੁੱਖਾ ਬੌਂਸਰ ਕਹਿੰਦੇ ਆ ਇਹਦਾ ਜ਼ੋਰ ਦੇਖਣਾ ਇੱਕ ਕੁਇੰਟਲ 15 ਕਿਲੋ ਦਾ ਬੰਦਾ ਜਿਹੜਾ ਭੇਜੋ ਗਰਾਊਂਡ 'ਚ
ਇਹ ਤੋਂ ਬਾਅਦ ਡੰਡ ਲਾਊਗਾ ਲੈ ਵੀ ਸੁੱਖਿਆ ਮੈਚ ਉਹਲਿਆਂ ਦੇ ਫਿਰ ਤੇਰਾ ਕਰਤੱਵ ਦੇਖਾਂਗੇ ਆਪਾਂ ਇਧਰ ਮੈਚ ਸ਼ੁਰੂ ਕਰਵਾ ਦਿਓ ਜਲਦੀ ਨਾਲ ਜਸਵੰਤ ਸਿੰਘ ਜੀ ਪਹੁੰਚੇ ਅੰਦਰ ਇਧਰ ਥਰਾਜ ਦੀ ਟੀਮ ਹੈ ਜੀ ਸਿੰਘ ਜੀ ਸੁੱਖੇ ਬਾਉਂਸਰ ਦੇ ਕੋਲ ਪਹੁੰਚਣ ਬਾਅਦ ਦੇ ਵਿੱਚ ਗੋਰਾ ਚੋਟੀਆਂ ਵਾਲਾ ਪੁੱਜੇਗਾ ਹੁਣ ਲੈ ਆਓ ਬੰਦਾ ਲੱਭ ਲਓ ਆਪਣੇ ਲੱਭ ਲਿਆ ਕੋਈ ਚੱਕਰ ਨਹੀਂ ਭਾਰ ਤੋਲਾਂਗੇ ਵੱਧ ਵੀ ਨਹੀਂ ਬਹਿਣ ਦੇਣਾ ਇੱਕ ਪੰਦਰਾਂ ਤੋਂ ਇਧਰ ਕਹਿੰਦੇ ਪੁਆਇੰਟ ਨੌਜਨ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈਪੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇਹ ਪਲੇਅਰ ਖਾਨਪੁਰ ਵਾਲਾ ਹੈਪੀ ਮੇਰੇ ਪੰਜਾਬੀ ਵੀਰੋ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਉਧਰ ਗੋਰੇ ਸੇਠੀ ਹੋਣਾਂ ਦਾ ਧੰਨਵਾਦ ਹੈ ਤੇ ਵੇਖੋ ਖੇਡ ਮੈਦਾਨ ਦੇ ਵਿੱਚ ਹੁਣ ਥਰਾਜ ਵਾਲੇ ਦੇ ਨਾਲ ਹੋਇਆ ਮੁਕਾਬਲਾ ਪੁਆਇੰਟ ਜਿਹੜਾ ਹੈ ਉਹ ਬਾਬੇ ਦੇ ਨਾਂ ਤੇ ਤਾੜੀ ਮਾਰ ਦਿਓ ਇੰਨੀ ਠੰਡ ਤਾਂ ਭੂਰੀ ਲਾਉਣ ਨੂੰ ਜੀ ਨਹੀਂ ਕਰਦਾ ਲੀੜੇ ਲਾਈ ਫਿਰਦਾ ਤਾੜੀ ਮਾਰ ਦਿਓ ਯਾਰ ਏਦਾਂ ਨਾ ਕਰਿਆ ਕਰੋ ਹੌਸਲਾ ਵਧਾ ਦਿਆ ਕਰੋ ਇਹਨਾਂ ਗਰਾਊਂਡਾਂ 'ਚ ਕੱਪੜੇ ਲੈ ਕੇ ਆਉਣਾ ਬਾਹਰ ਬੈਠੇ ਗੱਲਾਂ ਕਰਨੀਆਂ ਸੌਖੀ ਹੈ ਉਹਨਾਂ 'ਚ ਅਸੀਂ ਹੈ ਪਰ ਗਰਾਊਂਡ 'ਚ ਖੇਡਣਾ ਬਹੁਤ ਵੱਡੀ ਗੱਲ ਹੈ ਇੱਧਰ ਨੌਜਨ ਧਾਵੀ ਨੇ ਕਬੱਡੀ ਪਾਈ ਹੈ ਹੁਣ ਵੇਖਦਾ ਵੀ ਹਨੀ ਭੰਡਾਲ ਦੋਨੇ ਵਾਲਾ ਹੈ ਆ ਗੱਭਰੂ ਕਹਿੰਦੇ ਛੋਟੀ ਉਮਰ ਦਾ ਕਮਾਲ ਦਾ ਜਾਫੀ ਹੈ ਭੰਡਾਲ ਦੋਨਾਂ ਪਿੰਡ ਹੈ ਇਸ ਨੌਜਵਾਨ ਦਾ ਹੈ ਸੁੱਖਾ ਜਿਸ ਪਿੰਡ ਦਾ ਦੁਨੀਆਂ ਦਾ ਮਹਾਨ ਜਾਫੀ ਹੈ ਰਾਜੇ ਹੋਣਾ ਦਾ ਰਾਣੇ ਹੋਣਾ ਦਾ ਪਿੰਡ ਹੈ ਮੇਰੇ ਵੀਰੋ ਜੱਸੇ ਹੋਣਾ ਦਾ ਔਰ ਸਾਹਮਣੇ ਨੌਜਵਾਨ ਹਨੀ ਭੰਡਾਲ ਦੋਨੇ ਵਾਲਾ ਉਹ ਵੀਰੇ ਚਾਹ ਵਾਲਾ ਟਰਾਲੀ ਦੇ ਪਹੁੰਚੇ ਲਓ ਅਗਲੀ ਕਬੱਡੀ ਪਾਉਣ ਦੇ ਲਈ ਸੋਨੂੰ ਭਾਣੋ ਲੱਗੇ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਸੋਨੂੰ ਦੀ ਕਬੱਡੀ ਪੈ ਰਹੀ ਹੈ ਚਾਰ ਜਾਫੀਆਂ ਵਿੱਚੋਂ ਥਰਾਜ ਪਿੰਡ ਦਾ ਕਿਹੜਾ ਗੱਭਰੂ ਲਾ ਕੇ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰੇਗਾ ਲਓ ਕੀਤੀ ਹੋਈ ਕੋਸ਼ਿਸ਼ ਤੇ ਸਫਲਤਾ ਇਸੇ ਲਈ ਸੋਨੂੰ ਨੌਜਵਾਨ ਭਾੜੋ ਲੰਗੇ ਵਾਲਾ ਬਲੇਰ ਖਾਨਪੁਰ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਲੈ ਵੀ ਦਿਲਬਾਗ ਕਰੀ ਗੱਲ ਉਧਰ ਤਾਰੀ ਨਸਰਾਲੇ ਵਾਲਾ ਉਹ ਵੀ ਲਾਈਵ ਕਹਿੰਦੇ ਆਪਣੇ ਸਾਥੀਆਂ ਦੇ ਨਾਲ ਮਿੰਟੂ ਉਹਨਾਂ ਦੇ ਨਾਲ ਜੁੜਿਆ ਹੋਇਆ ਉਹਦਾ ਵੀ ਧੰਨਵਾਦ ਹੈ ਉਧਰ ਪੰਜ ਗ੍ਰਾਈ ਤੇ ਇੰਦਗੜ੍ਹ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਪੰਜ ਗ੍ਰਾਈ ਤੇ ਇੰਦਗੜ੍ਹ ਦੀਆਂ ਟੀਮਾਂ ਡਾਲਾ ਤੇ ਜਨੇਤਪੁਰੇ ਦੀਆਂ ਟੀਮਾਂ ਖੇਡ ਮੈਦਾਨ ਦੇ ਵੱਲ ਨੂੰ ਪੁੱਜਣਗੀਆਂ ਇਧਰਲੇ ਪਾਸੇ ਵੇਖੋ ਹੁਣ ਥਰਾਜ ਵਾਲੇ ਦੀ ਕਬੱਡੀ ਹੈ ਤੇ ਬਲੇਰ ਖਾਨਪੁਰ ਦੀ ਟੀਮ ਦਾ ਨੌਜਵਾਨ ਗੱਭਰੂ ਇਸ ਸਮੇਂ ਵੇਖੋ ਕਰਦਾ ਹੋਇਆ ਟਰਾਈ ਤੇ ਪੁਆਇੰਟ ਜਿਹੜਾ ਹੈ ਇਹ ਧਾਵੀ ਦੇ ਹਿੱਸੇ ਜੁੜਦਾ ਹੈ ਪੰਜ ਗ੍ਰਾਈ ਵਰਸੀ ਜਿੰਦਗੜ੍ਹ ਦੀਆਂ ਟੀਮਾਂ ਜਲਦੀ ਦੇ ਨਾਲ ਪੁੱਜਣਗੀਆਂ ਇਧਰਲੇ ਪਾਸੇ ਬਲੇਰ ਖਾਨਪੁਰ ਦੀ ਟੀਮ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਲਓ ਬਲੇਰ ਖਾਨਪੁਰ ਦੀ ਟੀਮ ਦਾ ਲੈ ਵੀ ਪਿਆਰੇ ਕੀ ਨਾਂ ਇਸ ਨੌਜਵਾਨ ਦਾ ਸ਼ਰਨ ਨੇ ਕਬੱਡੀ ਪਾਈ ਹੈ ਸ਼ਰਨ ਹੈ ਮੇਰੇ ਵੀਰੋ ਬਲੇਰ ਖਾਨਪੁਰ ਦੀ ਧਰਤੀ ਦਾ ਹੈ ਗੱਭਰੂ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਥਰਾਜ ਦੀ ਟੀਮ ਵੀ ਨਵੀਂ ਟੀਮ ਜਿਹੜੀ ਹੋਂਦ ਦੇ ਵਿੱਚ ਆਈ ਹੈ ਪਹਿਲੇ ਸੀਜ਼ਨ ਦੇ ਵਿੱਚ ਖੇਡ ਰਿਹਾ ਖਿਡਾਰੀ ਕੁਝ ਪੁਰਾਣੇ ਵੀ ਖਿਡਾਰੀ ਨੇ ਲਓ ਆਉਣ ਵਾਲੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ੇ ਔਰ ਮਿਹਨਤ ਕਰਦੇ ਰਹਿਣੇ ਕਬੱਡੀ ਦੇ ਖਿਡਾਰੀ ਲਓ ਸਾਹਮਣੇ ਨੌਜਵਾਨ ਦੀ ਪਈ ਹੋਈ ਕਬੱਡੀ ਤੇ ਇਹ ਹੈ ਪਿਆਰਾ ਮੇਰੇ ਵੀਰੋ ਫੜਿਆ ਗੁੱਟ ਨੌਜਵਾਨ ਗੱਭਰੂ ਨੇ ਹੁਣ ਦੇਖਦਾ ਵੀ ਮੁਕਾਬਲਾ ਦੋਨੋਂ ਨੌਜਵਾਨਾਂ ਦੇ ਦਰਮਿਆਨ ਹੈ ਗੁੱਟ ਫੜਿਆ ਗਿਆ ਛਡਾਉਣ ਦੀ ਕੋਸ਼ਿਸ਼ ਜਾਰੀ ਹੈ ਲੱਗਿਆ ਪਿਆ ਜ਼ੋਰ ਤੇ ਨਿਮਕ ਭੋਡੀਪੁਰੇ ਵਾਲਾ ਹੈ ਗੁਰਦੁੰਬੇ ਦਾ ਪਿੰਡ ਹੈ ਉਧਰ ਕਬੱਡੀ ਵਾਈਫਾਈ ਪੇਜ ਵਾਲਾ ਅੰਮ੍ਰਿਤ ਚੀਮਾ ਬੱਸੀਆਂ ਸਾਡੇ ਵੀਰ ਦੀਪ ਉਹਨਾਂ ਦੇ ਨਾਲ ਸੰਪਰਕ ਕਰ ਲਵੇ ਉਸ ਵੀਰ ਦਾ ਵੀ ਮਾਣ ਸਨਮਾਨ ਜਿਹੜਾ ਹੈ ਇਧਰ ਨਿੰਮੇ ਦੀ ਗੱਲ ਗੁਰਦੁੰਬੇ ਭੋਡੀਪੁਰੀਏ ਦੀ ਯਾਦ ਆਈ ਹੈ ਜਿਨ੍ਹਾਂ ਨੇ ਗੁਰਦੁੰਬਾ ਇਹਨਾਂ ਮੇਲਿਆਂ ਤੇ ਦੇਖਿਆ ਉਹ ਤਾੜੀ ਮਾਰਨੇ ਗੁਰਦੁੰਬਾ ਹੈ ਪੰਜਾਬ ਦੇ ਇੱਧਰ ਮੇਲਾ ਹੁੰਦਾ ਸੀ ਭਾਵੇਂ ਦੁਆਬੇ ਦੇ ਹਕੀਮਪੁਰ ਤੱਕ ਪੁੱਜ ਜਾਂਦਾ ਸੀ ਬਿੱਲੀਆਂ ਬੁਲਾਉਂਦਾ ਸੀ ਗੁਰਦੁੰਬਾ ਉਹਦੀਆਂ ਵੀ ਯਾਦਾਂ ਮੇਰੇ ਵੀਰੋ ਲਓ ਸਾਹਮਣੇ ਇਸ ਨੌਜਵਾਨ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਬਲੇਰ ਖਾਨਪੁਰ ਦੀ ਟੀਮ ਕਹਿੰਦੇ ਬੜੀ ਦੂਰ ਤੋਂ ਪੁੱਜੀ ਹੋਈ ਹੈ ਆ ਜਾਫੀ ਦਾ ਕਹਿੰਦੇ ਭੰਡਾਲ ਦੋਨਾਂ ਪਿੰਡ ਹੈ ਹਨੀ ਨਾਮ ਹੈ ਕਿਤੇ ਉੱਤੇ ਕਿਤੇ ਥੱਲੇ ਤੇ ਪੁਆਇੰਟ ਧਾਵੀ ਦਾ ਲਾਡੀ ਦੀਪ ਕੋਲੇ ਪੁੱਜ ਜਾਵੇ ਉਧਰ ਸਾਡਾ ਵੀਰ ਬੱਬੂ ਸਿਟੀ ਮੈਨ ਸਾਡਾ ਵੀਰ ਬਹੁਤ ਸਾਰਾ ਮਾਣ ਪਿਆਰੇ ਨਾਲ ਬੋਲਿਆ ਤੇ ਖੁਸ਼ ਹੋ ਕੇ ਪੁੱਜਦਾ ਕਰ ਰਿਹਾ ਹੈ ਬੱਬੂ ਸਿਟੀ ਮੈਨ ਸਾਡਾ ਵੀਰ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਧਰਲੇ ਪਾਸੇ ਕਬੱਡੀ ਸ਼ਰਨ ਦੀ ਹੈ ਤੇ ਵੇਖੋ ਥਰਾਜ ਵਾਲੇ ਨੇ ਨੌਜਵਾਨ ਨੇ ਕੋਸ਼ਿਸ਼ ਕੀਤੀ ਹਾਂਜੀ ਉਧਰ ਸਚੈਨ ਬਰਾੜ ਜੀ ਚੋਟੀਆਂ ਵਾਲੇ ਸਾਡੇ ਸਾਥੀ ਬੁਲਾਰੇ ਨੇ ਸੀਨੀਅਰ ਸਾਡਾ ਭਰਾ ਹੈ ਉਹਨਾਂ ਦੇ ਫਾਦਰ ਸਾਹਿਬ ਵੱਡੀ ਮਾਣ ਪੁੱਜਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਅੰਕਲ ਜੀ ਦਾ ਇਧਰ ਨੌਜਵਾਨ ਥਰਾਜ ਵਾਲੇ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਚਾਰ ਜਾਫੀ ਕਹਿੰਦੇ ਤਿਆਰ ਨੇ ਤਿੰਨ ਜਿਹੜੇ ਨੌਜਵਾਨ ਖਿਡਾਰੀ ਮੇਰੇ ਵੀਰੋ ਉਹਨਾਂ ਦਾ ਬਲੇਰ ਖਾਨਪੁਰ ਪਿੰਡ ਹੈ
ਇੱਕ ਦਾ ਕਹਿੰਦੇ ਭੰਡਾਲ ਦੋਨਾ ਬਲੇਰ ਖਾਨਪੁਰੀਆ ਫੜਿਆ ਹੋਇਆ ਗੁੱਟ ਹੰਦਿਆਂ ਦੇ ਦਰਮਿਆਨ ਉੜਦੀ ਹੋਈ ਧੂੜ ਤੇ ਪੁਆਇੰਟ ਥਰਾਜ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਦਿਲਬਾਗ ਅਨਾਊਂਸ ਕਰਦੇ ਕਿੰਨਾ ਪੰਜ ਗਰਾਈ ਵਰਸੀ ਜਿੰਦਗੜ ਦੀਆਂ ਟੀਮਾਂ ਨੂੰ ਸਾਡੀ ਵਾਰ ਵਾਰ ਬੇਨਤੀ ਹੈ ਪੰਜ ਗਰਾਈ ਤੇ ਇੰਦਗੜ੍ਹ ਦੀਆਂ ਟੀਮਾਂ ਜਲਦੀ ਦੇ ਨਾਲ ਪੁੱਜਣਗੀਆਂ ਪੰਜ ਗਰਾਈ ਤੇ ਇੰਦਗੜ੍ਹ ਦੀਆਂ ਟੀਮਾਂ ਡਾਲਾ ਤੇ ਜਨੇਤਪੁਰਾ ਰਸੂਲਪੁਰ ਤੇ ਘੱਲ ਕਲਾਂ ਦੀਆਂ ਟੀਮਾਂ ਇਹਨਾਂ ਟੀਮਾਂ ਨੂੰ ਸਾਡੀ ਬੇਨਤੀ ਹੈ ਜਲਦੀ ਦੇ ਨਾਲ ਟੀਮਾਂ ਖੇਡ ਮੈਦਾਨ ਦੇ ਲਾਗੇ ਪੁੱਜੀਆਂ ਨੇ ਇਹ ਸ਼ਰਨ ਵੇਖੋ ਨੌਜਵਾਨ ਕਬੱਡੀ ਪਾਉਂਦਾ ਹੋਇਆ ਬਲੇਰ ਖਾਨਪੁਰ ਦੀ ਟੀਮ ਦਾ ਤੇ ਵੇਖੋ ਸਾਹਮਣੇ ਥਰਾਜ ਵਾਲੇ ਨੇ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਅਗਲੀ ਕਬੱਡੀ ਹੁਣ ਥਰਾਜ ਵਾਲੇ ਦੀ ਹੈ ਪੰਜ ਗਰਾਈ ਤੇ ਇੰਦਗੜ੍ਹ ਦੀਆਂ ਟੀਮਾਂ ਨਾਲ ਹੀ ਮੇਰੀ ਬੇਨਤੀ ਉਸ ਤੋਂ ਬਾਅਦ ਡਾਲਾ ਵਰਸੀ ਜਨੇਤਪੁਰਾ ਡਾਲਾ ਤੇ ਜਨੇਤਪੁਰੇ ਦੀਆਂ ਟੀਮਾਂ ਪੁੱਜਣਗੀਆਂ ਜਲਦੀ ਦੇ ਨਾਲ ਇਹਨਾਂ ਖੇਡ ਮੈਦਾਨਾਂ ਦੇ ਲਾਗੇ ਇਧਰਲੇ ਪਾਸੇ ਸਾਰੀ ਪੁੱਜੀ ਹੋਈ ਸੰਗਤ ਦਾ ਧੰਨਵਾਦ ਹੈ ਸਾਡੇ ਵੀਰ ਭੁਪਿੰਦਰ ਸਿੰਘ ਹੋਣਾ ਦਾ ਬਲਵੀਰ ਸਿੰਘ ਭੰਗੂ ਹੋਣੀ ਪੁੱਜੇ ਹੋਏ ਹੈ ਨਾਲ ਜਗਸੀਰ ਸਿੰਘ ਹੋਣਾ ਦਾ ਧੰਨਵਾਦ ਹੈ ਇਧਰਲੇ ਪਾਸੇ ਬੱਬੂ ਸਾਡਾ ਸਿਟੀ ਮੈਨ ਸਾਡਾ ਵੀਰ ਉਹ ਵੀ ਵੱਡੇ ਮਾਣ ਪਿਆਰ ਪੁੱਜਦਾ ਕਰ ਰਿਹਾ ਤੇ ਉਧਰਲੇ ਪਾਸੇ ਵੇਖੋ ਹੁਣ ਕਬੱਡੀ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ ਬਲੇਰ ਖਾਨਪੁਰ ਦੀ ਟੀਮ ਕਹਿੰਦੇ ਦੁਆਬੇ ਦੇ ਵਿੱਚੋਂ ਚੱਲ ਕੇ ਪੁੱਜੀ ਹੈ ਥਰਾਜ ਪਿੰਡ ਹੈ ਇਧਰਲੇ ਪਾਸੇ ਨੌਜਵਾਨ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈਪੀ ਕਬੱਡੀ ਪਾਉਂਦਾ ਹੋਇਆ ਇੱਕ ਰੁੜਕੇ ਵਾਲਾ ਇੱਕ ਰਸੂਲਪੁਰੀਆ ਤੇ ਇੱਕ ਰਾਏ ਕੋਟੀ ਦਾ ਅੱਜ ਕੱਲ ਗੀਤਾਂ ਦੇ ਵਿੱਚ ਨਾਂ ਚੱਲਦਾ ਹੈ ਇਧਰਲੇ ਪਾਸੇ ਕਬੱਡੀ ਹੈਪੀ ਦੀ ਹੈ ਤੇ ਥਰਾਜ ਵਾਲਾ ਨੌਜਵਾਨ ਚੜ੍ਹਦੀ ਜੀ ਉਮਰ ਦਾ ਵੇਖੋ ਇਸ ਸਮੇਂ ਜੱਫਾ ਨਹੀਂ ਲਾ ਸਕਿਆ ਮੈਚ ਸਮਾਪਤ ਹੈ ਜੀ ਭਾਵੀ ਦੇ ਹਿੱਸੇ ਬਲੇਰ ਖਾਨਪੁਰ ਜੇਤੂ ਹੈ ਟੀਮਾਂ ਆ ਜਾਣ ਸੁੱਖਾ ਬੌਂਸਰ ਨਵੀਂ ਸਿੰਘਾਂ ਵਾਲਾ ਸਾਡਾ ਵੀਰ ਉਹ ਵੀ ਕਿਰਪਾ ਕਰਕੇ ਸਟੇਜ ਦੇ ਅੱਗੇ ਆ ਕੇ ਆਪਣੇ ਸੁੱਖਾ ਬੌਂਸਰ ਸੁੱਖਾ ਬੌਂਸਰ ਇਧਰ ਪੰਜ ਗਰਾਈ ਤੇ ਇੰਦਗੜ੍ਹ ਦੀਆਂ ਟੀਮਾਂ ਲੈ ਵੀ ਸੁੱਖੇ ਆ ਜਾ ਜਲਦੀ ਨਾਲ ਲਿਆਓ ਵੀ ਇੱਕ ਕਵਿੰਟਲ 15 ਕਿਲੋ ਦਾ ਹਲੋ ਸੁਖਵਿੰਦਰ 12-13 ਸਾਲ ਦਾ ਬੱਚਾ ਗੱਜਣ ਵਾਲੇ ਤੋਂ ਉਹਨੂੰ ਬੇਨਤੀ ਆ ਵੀ ਉਹਨਾਂ ਦੇ ਬਾਪੇ ਇੱਥੇ ਡਿੱਕੀ ਜਾਂਦੇ ਆ ਸਟੇਜ ਕੋਲੇ ਪਹੁੰਚ ਜਾਣਾ ਉਹ ਜੈ ਸਿੰਘ ਵਾਲੇ ਵਾਲੇ ਉਹ ਸੁਖਵਿੰਦਰ ਗੱਜਣ ਵਾਲਾ ਸੁਖਵੀਰ ਪੁੱਜ ਜਾਵੇ ਗਰਾਊਂਡ ਵਿੱਚ ਸੁਖਵੀਰ ਚੋਟੀਆਂ ਸਤਵੀਰ ਸਤਵੀਰ ਚੋਟੀਆਂ ਉਹ ਲਿਆਓ ਬੰਦਾ ਵੀ ਇੱਕ ਕਵਿੰਟਲ 15 ਕਿਲੋ ਦਾ ਜੋਰ ਦੇਖਣਾ ਮੁੰਡੇ ਦਾ ਲਿਆਓ ਕਮੇਟੀ ਵਾਲਿਓ ਤੁਸੀਂ ਕਹਿੰਦੇ ਸੀ ਬੰਦਾ ਲੱਭ ਲਿਆ ਜਸਵੰਤ ਸਿੰਘ ਜਾਂ ਵਿੱਕੀ ਉਧਰ ਪੱਪੂ ਸਾਡਾ ਵੀਰ ਪੱਪੂ ਮਹਿੰਦਰਾ ਪੈਲਸ ਵਾਲੇ ਬਾਈ ਭਾਵੇਂ ਕਵਿੰਟਲ 15 ਹੀ ਆ ਵੱਧ ਨਾ ਹੋਵੇ ਸੁੱਖਿਆ ਉਹਨਾਂ ਦੇ ਵੱਡੇ ਯੋਗਦਾਨ ਹੈ ਸਾਡੇ ਵੀਰ ਪੱਪੂ ਜੀ ਮਹਿੰਦਰਾ ਪੈਲਸ ਵਾਲੇ ਪਹਿਲਾਂ ਚੈੱਕ ਕਰ ਲਾ ਬੰਦਾ ਵੇਖ ਲੈ ਇੰਨੀ ਡੌਲਿਆਂ ਚ ਜਾਨ ਠੱਲ ਦੇਈ ਦੇ ਤੂਫਾਨ ਸਤਵੀਰ ਲੈ ਬੰਦਾ ਠੀਕ ਆ ਗਿਆ ਬੰਦਾ ਲੈ ਸਿੱਟ ਹੈ ਕਮਾ ਸੁੱਖਿਆ ਐ ਰਹਿ ਕੇ ਵੀ ਲੋਪੋ ਵਾਲੇ ਨੇ ਪੰਗਾ ਪਵਾਤਾ ਟੀ ਸ਼ਰਟ ਦਾ ਤੇਰੀ ਹਰ ਇੱਕ ਨੇਤੀ ਲਵਾਉਂਦਾ ਅੱਜ ਤੇਰਾ ਜੋਰ ਦੇਖਣਾ ਇਹ ਜੈਸੇ ਸਰਪੰਚ ਦਾ ਮੇਲਾ ਕਿਸੇ ਗੱਲੋਂ ਘਾਟ ਨਾ ਰਜੇ ਐਨ ਮੇਲੇ ਤੇ ਸਿਰਾ ਹੋਣਾ ਹੁਣ ਬਾਈ ਗਰਾਊਂਡ ਚ ਨਾ ਇਹ ਕੰਮ ਗਲਤ ਹੈ ਲਓ ਤਾੜੀ ਮਾਰ ਦਿਓ ਦਰਸ਼ਕ ਵੀਰੇ ਤਾੜੀ ਮਾਰ ਦਿਓ ਲਓ ਮਾਰ ਦਿਓ ਤਾੜੀਆਂ ਇਹ ਹੈ ਸੁੱਖਾ ਬੌਂਸਰ ਖੰਨੇ ਵਾਲਾ ਐਵੇਂ ਨੀ ਗੱਲਾਂ ਹੁੰਦੀਆਂ ਇੱਕ ਮੈਨੂੰ ਕਹਿੰਦਾ ਬਾਈ ਤੂੰ ਨੇਤੀ ਸੁੱਖਾ ਬੌਂਸਰ ਲਾਈ ਹੈ ਤੇਰੀ ਆਹ ਕੰਮ ਕੋਈ ਹੋਰ ਕਰਕੇ ਦਿਖਾਓ ਇਹ ਜਾਨ ਨਾ ਹੁੰਦਾ ਇੱਕ ਤਾੜੀ ਦਿਲੋਂ ਮਾਰ ਦਿਓ ਬਾਈ ਲੈ ਵੀ ਸੁੱਖਿਆ ਤੇਰਾ ਮਾਣ ਵੀ ਕਰਨਗੇ ਬਾਈ ਨੇ 500 ਰੁਪਇਆ ਦਿੱਤਾ ਹੈ ਟੀ ਸ਼ਰਟ ਹੁਣ ਏਦੂ ਵੱਖਰਾ ਕੰਮ ਕੋਈ ਨੀ ਹੋਣਾ ਟੀ ਸ਼ਰਟ ਵੀ ਲਾ ਦਿੰਦੇ ਹਾਂ ਸਬਰ ਰੱਖ ਸਵਾਦ ਨਾਲ ਕੰਮ ਕਰੀਏ ਤੇ ਲੈ ਵੀ ਸੁੱਖੇ ਸਰੀਰ ਦੇ ਦਰਸ਼ਨ ਵੀ ਕਰਵਾ ਦੀ ਕਿ ਲੱਥ ਜਾਂਦੀ ਭੁੱਖ ਦੇ ਕੇ ਗੁੰਦੇ ਹੋਏ ਸਰੀਰਾਂ ਨੂੰ ਭੁੱਖ ਲੱਥਦੀ ਹੈ ਲੈ ਵੀ ਸੁੱਖਿਆ ਸਰੀਰ ਦੇ ਦਰਸ਼ਨ ਵੀ ਕਰਵਾ ਦੀ ਤੇ ਫਿਰ ਆਪਾਂ ਮੈਚ ਵੀ ਚਲਾਉਣਾ ਪੰਜ ਗਰਾਈ ਤੇ ਫੋਟੋਆਂ ਬਾਅਦ ਚਲਵਾ ਲਿਓ ਸੁੱਖਿਆ ਫੋਟੋ ਨੀ ਲਵਾਉਣੀ ਟੀ ਸ਼ਰਟ ਲਾ ਕੇ ਕਰਾ ਦੇ ਦਰਸ਼ਨ ਕਿਉਂਕਿ ਪਹਿਲਾ ਮੇਲਾ ਹੈ ਦਰਸ਼ਕ ਖੁਸ਼ ਹੋ ਜਾਣਗੇ ਸੁੱਖਾ ਬੌਂਸਰ ਹੁਣ ਬਾਈ ਗਰਾਊਂਡ ਚੋਂ ਬਾਹਰ ਹੋ ਜਾਓ ਯਾਰ ਉਹ ਤਾੜੀਆਂ ਮਾਰ ਦੋ ਸੁੱਖੇ ਬੌਂਸਰ ਦੇ ਨਾਂ ਤੇ ਇਹ ਆ ਸੁੱਖਾ ਬੌਂਸਰ ਨੌਜਵਾਨ ਵੇਖੋ ਇਧਰਲੇ ਪਾਸੇ ਇਹ ਆ ਸੁੱਖਾ ਬੌਂਸਰ ਲਓ ਮਾਰ ਦੋ ਤਾੜੀਆਂ ਮਾਣ ਵੀ ਕਰਨਗੇ ਕਿਉਂਕਿ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਇਸ ਨੌਜਵਾਨ ਨੇ ਦੁਨੀਆਂ ਦੇ ਵਿੱਚ ਵੱਡਾ ਨਾਂ ਬਣਾ ਲਿਆ ਸੁੱਖੇ ਬੌਂਸਰ ਦਾ ਕਹਿੰਦੇ ਨਾਂ ਬਣਿਆ ਉਧਰ ਪ੍ਰਦੀਪ ਹੁਣੀ ਵੀ ਜੁੜੇ ਹੋਏ ਆ ਰੌਂਦੇ ਵਾਲੇ ਇਧਰ ਮੈਚ ਕਹਿੰਦੇ ਸਿਰੇ ਦਾ ਮੇਰੇ ਵੀਰੋ
ਲੈ ਵੀ ਸੁਖਿਆ ਦੁਨੀਆ ਪਿਆਰ ਕਰਦੀ ਹੈ ਮਿਹਨਤ ਖੁਰਾਕ ਤੇ ਕਹਿੰਦੇ ਧਰਤੀ ਤੇ ਟਿਕ ਕੇ ਰਹਿਣਾ ਸਭ ਤੋਂ ਵੱਡੀ ਗੱਲ ਹੈ ਧਰਤੀ ਤੇ ਟਿਕ ਕੇ ਰਹਿਣਾ ਇਧਰ ਗੁਰਦਰਸ਼ਨ ਸਿੰਘ ਗੋਲੂ ਗੱਜਣ ਵਾਲੇ ਵਾਲਾ ਕਬੱਡੀ ਦਾ ਪ੍ਰਸਿੱਧ ਯਾਫੀ ਹੈ ਉਹ ਵੀ ਚੇਚੇ ਤੌਰ ਤੇ ਪੁੱਜਿਆ ਗੋਲੂ ਗੱਜਣ ਵਾਲੀਆ ਇਸ ਨੌਜਵਾਨ ਦਾ ਵੀ ਮਾਣ ਸਨਮਾਨ ਜਿਹੜਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੀ ਤਰਫੋਂ ਕੀਤਾ ਜਾ ਰਿਹਾ ਹੈ ਸਾਡੇ ਜਗਮੋਹਨ ਸਿੰਘ ਜੀ ਸਰਪੰਚ ਸਾਹਿਬ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਜਿਹੜੇ ਵੀ ਵਾਧੂ ਬੰਦੇ ਗਰਾਊਂਡ ਦੇ ਅੰਦਰ ਆ ਉਹ ਪਲੀਜ਼ ਬਾਹਰ ਜਾ ਵੜੇ ਨਾ ਹੁਣ ਉਧਰ ਗੋਲੂ ਗ੍ਰਿਪ ਗੱਜਣ ਵਾਲੀ ਦਾ ਸਨਮਾਨ ਹੋ ਰਿਹਾ ਹੈ ਕਮੇਟੀ ਮੈਂਬਰ ਹੀ ਅੰਦਰ ਰਹਿਣ ਦੂਜੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਗਰਾਊਂਡ ਚੋਂ ਬਾਹਰ ਜਾਣ ਸਾਡੇ ਗੁਰਮੀਤ ਹੋਣੀ ਜਗਮੋਹਨ ਸਰਪੰਚ ਹੋਣੀ ਮੇਰੇ ਵੀਰੋ ਇਸ ਲਈ ਗੋਪੀ ਧੂਰ ਕੋਟੀਆ ਪੁੱਜਿਆ ਹੋਇਆ ਕਹਿੰਦੇ ਮਹਾਨ ਜਾਫੀ ਵੱਡਾ ਪਿਆਰ ਹੈ ਧੂਰ ਕੋਟੀਆ ਰੂਪ ਸਿੰਘ ਦਾ ਪੁੱਤਰ ਹੈ ਦੁਨੀਆਂ ਦੇ ਵਿੱਚ ਇਸ ਨੌਜਵਾਨ ਨੇ ਵੀ ਆਪਣੀ ਖੇਡ ਦੇ ਨਾਲ ਦੁਨੀਆਂ ਦੇ ਦਿਲ ਜਿੱਤਣ ਵਾਲੀ ਗੱਲ ਕੀਤੀ ਹੈ ਭਾਈ ਜੀ ਗਰਾਊਂਡ ਖਾਲੀ ਜਿਹੜੇ ਗਰਾਊਂਡ ਦੇ ਅੰਦਰ ਆ ਨਾ ਇਧਰ ਉਹਨਾਂ ਨੂੰ ਬੇਨਤੀ ਆ ਕਿ ਬਾਹਰ ਜਾ ਕੇ ਬੈਠ ਜਾਣ ਕੁਰਸੀਆਂ ਤੇ ਭਾਈ ਗਰਾਊਂਡ ਪਿੱਛੇ ਕੁਰਸੀਆਂ ਤੇ ਬੈਠੇ ਆ ਉਹਨਾਂ ਨੂੰ ਕੁਝ ਦਿਸਦਾ ਨਹੀਂ ਇਧਰ ਅਮਨ ਸਾਡਾ ਵੀਰ ਬੇਨਤੀ ਆ ਭਾਈ ਜੀ ਅਮਨ ਸਾਡਾ ਵੀਰ ਨਾਲ ਪ੍ਰਿੰਸ ਚੋਟੀਆਂ ਤੇ ਗੋਰਾ ਚੋਟੀਆਂ ਤਿੰਨੋਂ ਵੀਰਾਂ ਦੇ ਵੱਲੋਂ ਬਹੁਤ ਸਾਰਾ ਮਾਣ ਪਿਆਰ ਆਪਣੇ ਛੋਟੇ ਵੀਰ ਦੇ ਲਈ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਲਓ ਪੰਜ ਗ੍ਰਾਈ ਤੇ ਦੂਸਰੇ ਪਾਸੇ ਮੇਰੇ ਪੰਜਾਬੀ ਵੀਰੋ ਟੀਮ ਜਿਹੜੀ ਇੰਦਗੜ੍ਹ ਦੀ ਹੈ ਬੱਸੀਆਂ ਵਾਲਿਆ ਆਪਣਾ ਸਨਮਾਨ ਪ੍ਰਾਪਤ ਕਰ ਲੈ ਅੰਮ੍ਰਿਤ ਚੀਮਾ ਲਓ ਸਿਰੇ ਦਾ ਮੈਚ ਸ਼ੁਰੂ ਹੈ ਮੇਰੇ ਵੀਰੋ ਸ਼ੇਰਾ ਰਾਓ ਵਾਲੀ ਹੈ ਸ਼ੇਰਾ ਵਰਗਾ ਗੱਭਰੂ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਸ਼ੇਰ ਬਾਜ ਸਿੰਘ ਬਾਜਾ ਹੈ ਪਰ ਪਹਿਲਾ ਡੇਢ ਪੁਆਇੰਟ ਕਹਿੰਦੇ ਰਾਓ ਵਾਲੀਏ ਸ਼ੇਰੇ ਨੇ ਇੰਦਗੜ੍ਹ ਦੀ ਟੀਮ ਦੇ ਲਈ ਜੋੜ ਦਿੱਤਾ ਖੇਤਾਂ ਵਾਲੀ ਸਾਈਡ ਇੰਦਗੜ੍ਹ ਹੈ ਤੇ ਦੂਸਰੇ ਪਾਸੇ ਮੇਰੇ ਵੀਰੋ ਟੀਮ ਪੰਜ ਗ੍ਰਾਈਂਡੀ ਹੈ ਇਹ ਹੈ ਨੌਜਵਾਨ ਜੰਬੋ ਪੰਜ ਗ੍ਰਾਈਂਡੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਕੰਨੀ ਕਹਿੰਦੇ ਅਣਥਕ ਯੋਧਾ ਅਣਥਕ ਕਿਉਂ ਆਖਿਆ ਕਿਉਂਕਿ 12 ਮਹੀਨੇ ਕਬੱਡੀ ਖੇਡਦਾ ਮੇਰੇ ਵੀਰੋ ਔਰ ਇਸ ਕਬੱਡੀ ਜਰੀਏ ਆਪਣੀ ਕਬੀਲਦਾਰੀ ਨੂੰ ਐਨ ਮੇਰੇ ਵੀਰੋ ਪੂਰਾ ਇਸ ਨੌਜਵਾਨ ਨੇ ਬਾਪ ਦਾ ਸਹਾਇਆ ਨਹੀਂ ਰਿਹਾ ਤੇ ਫਿਰ ਭੈਣਾਂ ਨੇ ਵਿਆਹ ਵੀ ਕੀਤੇ ਇਸ ਕਬੱਡੀ ਤੋਂ ਆਪਣੇ ਸਰੀਰ ਦੀ ਇਸ ਕਮਾਈ ਤੋਂ ਆਪਣਾ ਘਰ ਚਲਾਇਆ ਆਪਣੇ ਹੱਡਾਂ ਦੀ ਬਾਲ ਕੇ ਸੇਕੀ ਹੈ ਕਹਿੰਦੇ ਬਗੀਚੇ ਨੇ ਜਿਹੜੇ ਹੱਡਾਂ ਦੀ ਬਾਲ ਕੇ ਸੇਕਦੇ ਹੈ ਉਹਨਾਂ ਦਾ ਕਹਿੰਦੇ ਮੇਰੇ ਵੀਰੋ ਸਵਾਦ ਹੀ ਵੱਖਰਾ ਮੈਂ ਵੀ ਸੁਖਿਆ ਦੁਨੀਆ ਖੁਸ਼ ਹੈ ਤੇਰੇ ਤੋਂ ਨੌਜਵਾਨ ਹੈ ਸੱਚੇ ਪਾਤਸ਼ਾਹ ਮਿਹਰ ਕਰੇਗਾ ਤੇ ਤੂੰ ਨਿੰਦੂ ਨੇ ਕਬੱਡੀ ਪਾ ਦਿੱਤੀ ਹੈ ਇੱਕ ਪਾਸੇ ਵੇਖੋ ਨੌਜਵਾਨ ਗੱਭਰੂ ਇਸ ਸਮੇਂ ਤੇ ਵਾਹ ਨਿੰਦੂ ਇੰਦਗੜੀਆ ਲੈ ਵੀ ਦਿਲਬਾਗ ਕਰੀ ਗੱਲ ਇਸ ਨੌਜਵਾਨ ਦੀ ਠੀਕ ਹੈ ਜੀ ਇੱਧਰ ਸਾਡੇ ਵੀਰਾਂ ਨੇ ਜਾਣਕਾਰੀ ਦਿੱਤੀ ਹੈ ਕਹਿੰਦੇ ਜਿਹੜਾ ਕਬੱਡੀ ਦੇ ਵਿੱਚ ਡੇਢ ਪੁਆਇੰਟ ਸਟਾਰਟ ਹੋਇਆ ਇਸ ਨਗਰ ਤੋਂ ਸਟਾਰਟ ਹੋਇਆ ਅਮਨ ਇਸ ਨਗਰ ਦੇ ਕਹਿੰਦੇ ਪਹਿਲਾ ਕਬੱਡੀ ਟੂਰਨਾਮੈਂਟ ਜਦ ਹੋਏ ਉਦੋਂ ਡੇਢ ਪੁਆਇੰਟ ਦੀ ਸ਼ੁਰੂਆਤ ਇਸ ਨਗਰ ਦੇ ਵਿੱਚ ਹੋਈ ਹੈ ਇਹ ਗੋਰਾ ਪੰਜ ਗ੍ਰਾਈ ਵਾਲਾ ਤੇ ਵੇਖੋ ਕਦੇ ਗੋਲੇ ਵਾਲੀ ਗੋਰੇ ਦੇ ਨਾਮ ਚੱਲਿਆ ਹੈ ਕਦੇ ਰਿੰਪੀ ਬਰਾੜ ਨੇ ਬੋਲ ਬੋਲੇ ਵੀ ਗੋਰਾ ਗੋਲੇ ਵਾਲੀ ਆ ਸ਼ਿਕੰਜਾ ਜਾਫਦਾ ਤੇ ਕਾਪੀ ਉੱਤੇ ਵੇਖ ਲਓ ਨੰਬਰ ਛਾਪਦਾ ਕਾਪੀ ਉੱਤੇ ਵੇਖ ਲਓ ਨੰਬਰ ਛਾਪਦਾ ਇਧਰਲੇ ਪਾਸੇ ਵੇਖੋ ਇਹ ਆ ਸ਼ੇਰਾ ਰਾਓ ਵਾਲੀਆ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਰਾਓ ਵਾਲ ਦਾ ਸ਼ੇਰਾ ਤੇ ਦੂਜੇ ਪਾਸੇ ਗੁਰਪ੍ਰੀਤ ਸਿੰਘ ਗਿੱਲ ਜੰਗੀਆਂ ਨੇ ਵਾਹ ਓਏ ਸਵਾਦ ਆ ਰਿਹਾ ਮੈਚ ਦਾ ਤੇ ਲਲਕਾਰਾ ਮਾਰ ਦਿਓ ਪਤਾ ਲੱਗ ਜੇ